ਸਵਾਗਤ ਹੈ ਤੁਹਾਡਾ ਕ੍ਰੇਟਿਵ ਮਾਈਂਡ YouTube ਚੈਨਲ ਦੇ ਉੱਤੇ ਮੇਰੀ ਟੋਰੀਆ ਸਕੂਲ ਤੇ ਸਕੂਲ ਆਫ ਐਮੀਨੈਂਸ ਦਾ ਜੋ ਇਗਜ਼ਾਮ ਅੱਜ ਹੋ ਚੁੱਕਾ ਉਸ ਦਾ ਸੋਲੂਸ਼ਨ ਅੱਜ ਆਪਾਂ ਚੈਨਲ ਦੇ ਉੱਪਰ ਲੈ ਕੇ ਆ ਰਹੇ ਹਾਂ ਵੈਸੇ ਪ੍ਰੈਪਰੇਸ਼ਨ ਆਪਾਂ ਕਾਫੀ ਸਮੇਂ ਤੋਂ ਕਰ ਰਹੇ ਹਾਂ ਚੈਨਲ ਦੇ ਉੱਪਰ ਤਾਂ ਜੋ ਆਪਾਂ ਦੇਖਾਂਗੇ ਕਿ ਕਿੰਨੇ ਬੱਚਿਆਂ ਦੇ ਮਾਰਕਸ ਬੰਦੇ ਆ ਹਰ ਇੱਕ ਬੱਚਾ ਨਾਲ ਦੀ ਨਾਲ ਆਪਣੇ ਕੁਐਸਚਨ ਬੁੱਕਲੇਟ ਦੇ ਉੱਪਰ ਆਪਣਾ ਆਪਣਾ ਆਨਸਰ ਟਿੱਕ ਕਰੀ ਚੱਲੋ ਜਿੰਨੇ ਵੀ ਮਾਰਕਸ ਬੰਦੇ ਆ ਲਾਸਟ ਵਿੱਚ ਆਪਣੇ ਜਿਹੜੇ ਮਾਰਕਸ ਹੋ ਕਮੈਂਟ ਬਾਕਸ ਵਿੱਚ ਜ਼ਰੂਰ ਟਾਈਪ ਕਰਿਓ ਤਾਂ ਅਜਾਬ ਆ ਦੇਖਦੇ ਆ ਕਿ ਕਿੰਨੇ ਤੁਹਾਡੇ ਮਾਰਕਸ ਬਣਗੇ ਐਂਡ ਉਸ ਦੇ ਅਕੋਰਡਿੰਗ ਹੀ ਤੁਸੀਂ ਐਡਮਿਸ਼ਨ ਕਿਦਾਂ ਤੁਹਾਨੂੰ ਮਿਲੇਗੀ ਜੇਕਰ ਆਪਾਂ ਫਰਸਟ ਐਮਸੀਕਿਊ ਦੀ ਗੱਲ ਕਰੀਏ ਤਾਂ ਇੱਥੇ ਡਿਫਰੈਂਸ ਦੇਖੀਏ ਤਾਂ ਆਪਣੇ ਕੋਲ 3 ਦਾ ਡਿਫਰੈਂਸ ਆਉਂਦਾ ਐ ਨੈਕਸਟ ਜੇਕਰ ਆਪਾਂ ਡਿਫਰੈਂਸ ਦੇਖੀਏ ਤਾਂ ਰੋਟਲ ਆਪਣੇ ਕੋਲੇ 5 ਦਾ ਐ ਨੈਕਸਟ 19 ਐਂਡ 12 ਦੇ ਵਿੱਚ ਡਿਫਰੈਂਸ ਦੇਖੀਏ ਤਾਂ 7 ਦਾ ਡਿਫਰੈਂਸ ਆ ਐ ਨੈਕਸਟ ਜੇਕਰ ਡਿਫਰੈਂਸ ਦੇਖੀਏ ਤਾਂ ਆਪਣੇ ਕੋਲੇ 11 ਦਾ ਇਟ ਮੀਨਸ ਕਿ ਨੈਕਸਟ ਜੈ ਸੋਰੀ 9 ਦਾ ਇਟ ਮੀਨਸ ਕਿ ਨੈਕਸਟ ਡਿਫਰੈਂਸ ਆਪਣੇ ਕੋਲੇ ਕਿੰਨੇ ਦਾ ਹੋਊਗਾ 11 ਦਾ ਹੋਊਗਾ ਤਾਂ 11 ਦਾ ਡਿਫਰੈਂਸ ਜੇਕਰ ਆਪਾਂ ਇਹਦੇ ਅੰਦਰ 11 ਐਡ ਕਰਾਂਗੇ ਤਾਂ ਆਪਣੇ ਕੋਲ ਆਨਸਰ ਕੀ ਆ ਜਾਊਗਾ 39 ਇਟ ਮੀਨਸ ਕਿ 39 ਕੀ ਐਸ ਦਾ ਸਹੀ ਆਨਸਰ ਹੈ ਤੇ 39 ਆਪਣੇ ਕੋਲੇ অপਸ਼ਨ ਸੀ ਦੇ ਅੰਦਰ ਅਵੇਲੇਬਲ ਆ ਠੀਕ ਹੈ ਤਾਂ ਸੀ ਐਸ ਦਾ ਸਹੀ ਆਨਸਰ ਹੋਊਗਾ ਅੱਗੇ ਵੀ ਆਪਣੇ ਕੋਲੇ ਸੀਰੀਜ਼ ਦਿੱਤੀ ਹੋਈ ਆ ਬਟ ਇਹ ਸੀਰੀਜ਼ ਆਪਣੇ ਕੋਲੇ ਕੀ ਆ ਅਲਫਾਬੇਟ ਦੇ ਅੰਦਰ ਅਲਫਾਬੇਟ ਬਹੁਤ ਹੀ ਇਹਦੇ ਸਿੰਪਲ ਸੀਰੀਜ਼ ਆ ਤਾਂ ਸੀ ਤੋਂ ਜੇਕਰ ਆਪ ਪੈਚ ਤੱਕ ਜਾਏਗੇ ਤਾਂ ਸੀ ਆਪਣੇ ਕੋਲੇ 3 ਨੰਬਰ ਤੇ ਹੁੰਦਾ ਜੇਕਰ ਆਪ ਐਚ ਦੀ ਗੱਲ ਕਰੀਏ ਤਾਂ ਏ ਬੀ ਸੀ ਡੀ ਈ ਐਫ ਜੀ ਐਚ ਐਚ ਆਪਣੇ ਕੋਲੇ 8 ਨੰਬਰ ਤੇ ਹੁੰਦਾ ਐਚ ਤੋਂ ਜੇਕਰ ਆਪ ਮ ਤੇ ਜਾਏਗੇ ਤਾਂ ਐਚ ਤੋਂ ਬਾਅਦ ਜੀ ਐਚ ਆਈ ਜੇ ਕੇ ਐਲ ਐਮ ਤਾਂ ਐਮ ਆਪਣੇ ਕੋਲੇ ਕਿਹੜੇ ਨੰਬਰ ਤੇ ਹੁੰਦਾ 12 ਔਰ 13 13 ਨੰਬਰ ਤੇ ਹੁੰਦਾ ਤਾਂ ਇਟ ਮੀਨਸ ਕਿ 5 5 ਐਡ ਹੋ ਰਿਹਾ ਹਰ ਵਾਰੀ ਤਾਂ ਇਹਦਾ ਮਤਲਬ 5 ਐਡ ਹੋ ਰਿਹਾ ਤਾਂ ਆਰ ਜਿਹੜਾ ਆਪਣੇ ਕੋਲੇ ਉਹ 18 ਨੰਬਰ ਤੇ ਆ ਐਂਡ ਆਰ ਤੋਂ ਬਾਅਦ ਜੇਕਰ ਆਪਾਂ ਕੁਆਇਡ ਕਰਗੇ ਤਾਂ ਇਹ ਨੰਬਰ ਆਪਣੇ ਕੋਲ ਕਿੰਨੇ ਦੇਊਗਾ 23rd ਤੇ ਹੋਊਗਾ ਠੀਕ ਹੈ ਤਾਂ 23rd ਤੇ ਆਪਣੇ ਕੋਲ ਕਿਹੜਾ ਨੰਬਰ ਹੁੰਦਾ ਜੇਕਰ ਆਪਾਂ ਦੇਖੀਏ ਤਾਂ 23rd ਤੇ ਆਪਣੇ ਕੋਲੇ W ਹੁੰਦਾ ਹੈ ਨਾ W ਹੁੰਦਾ ਤੇ ਇਹਦਾ ਮਤਲਬ B ਆਪਸ਼ਨ ਆਪਣੇ ਕੋਲੇ ਗਲਤ ਹੋਊਗਾ ਕਿਉਂਕਿ ਫਸਟ ਆ ਆਪਣੇ ਕੋਲੇ W ਹੋਣਾ ਚਾਹੀਦਾ ਤਾਂ V ਆ ਇਹ ਵੀ ਆਪਣੇ ਕੋਲੇ ਗਲਤ ਹੋ ਜਾਊਗਾ ਹੁਣ W ਦਾ ਦੋ ਪੋਜੀਸ਼ਨ ਦੇ ਉੱਪਰ ਆ ਬਟ ਉਸ ਤੋਂ ਬਾਅਦ U ਵੀ ਲਿਖਿਆ ਹੋਇਆ ਇੱਥੇ ਵੀ U ਲਿਖਿਆ ਹੋਇਆ ਇਟ ਮੀਨਸ ਕਿ U ਤਾਂ ਆਪਾਂ ਨੂੰ ਸਹੀ ਮੰਨਣਾ ਪੈਣਾ ਆਪਾਂ ਨੂੰ 3rd ਦੇਖਣਾ ਪੈਣਾ ਕਿ ਇੱਥੇ ਆਨਸਰ ਆਪਣੇ ਕੋਲੇ Y ਆਊਗਾ ਕਿ ਆਪਣੇ ਕੋਲੇ Z ਆਊਗਾ ਹੁਣ Z ਆ ਜਿਹੜਾ 26th ਪੋਜੀਸ਼ਨ ਤੇ ਹੁੰਦਾ ਐਂ ਜਿਹੜਾ Y O ਆਪਣੇ ਕੋਲੇ 25th ਪੋਜੀਸ਼ਨ ਤੇ ਹੁੰਦਾ ਤਾਂ ਆਪਾਂ ਨੂੰ ਇਹ ਦੇਖਣਾ ਪੈਣਾ ਕਿ 25th ਵਾਲਾ ਨੰਬਰ ਸਹੀ ਹੈ ਕਿ 26th ਵਾਲਾ ਸਹੀ ਹੈ ਜੇਕਰ ਆਪਾਂ ਲਾਸਟ ਨੰਬਰ ਦੇਖੀਏ ਤਾਂ E ਆਪਣੇ ਕੋਲੇ 5 ਤੇ ਹੁੰਦਾ ਐਂ 10 ਜਿਹੜਾ J ਉਹ ਆਪਣੇ ਕੋਲੇ 10th ਪੋਜੀਸ਼ਨ ਤੇ ਹੁੰਦਾ ਸਿਮਿਲਰਲੀ O ਆ ਜਿਹੜਾ ਆਪਣੇ ਕੋਲੇ 15th ਤੇ ਹੁੰਦਾ ਐਂ ਜਿਹੜਾ T ਉਹ ਆਪਣੇ ਕੋਲੇ 20 ਦੇ ਹੁੰਦਾ ਤਾਂ ਨੈਕਸਟ ਨੰਬਰ ਜਿਹੜਾ ਲਾਸਟ ਉਹ ਆਪਣੇ ਕੋਲੇ ਕਿੰਨੇ ਤੇ ਹੋਊਗਾ 25 ਤੇ ਆਊਗਾ ਤਾਂ 25 ਆਪਣੇ ਕੋਲੇ ਕੀ ਹੈ Y ਦੀ ਪੋਜੀਸ਼ਨ ਹੈ ɪਟ ਮੀਨਸ ਕਿ A ਆ ਜਿਹੜਾ ਆਪਣੇ ਕੋਲੇ ਉਸ ਦਾ ਸਹੀ ਆਨਸਰ ਹੋਊਗਾ ਠੀਕ ਹੈ ਥਰਡ ਦੇਖਦੇ ਹਾਂ ਥਰਡ ਦੇ ਅੰਦਰ ਜੇਕਰ ਦੇਖੀਏ ਤਾਂ ਜਿਹੜਾ ਮੂਨ ਆ ਮੂਨ ਆਪਣੇ ਕੋਲ ਇੱਕ ਸੈਟਲਾਈਟ ਆ ਇਟ ਮੀਨਸ ਕਿ ਅਰਥ ਫਿਰ ਆਪਣੇ ਕੋਲ ਕੀ ਹੋਊਗੀ ਤਾਂ ਅਰਥ ਆਪਣੇ ਕੋਲ ਕੀ ਹੋਊਗਾ ਪਲੈਨੇਟ ਹੋਊਗਾ ਠੀਕ ਹੈ ਤਾਂ ਬੀ ਐਸ ਦਾ ਕੀ ਆ ਸਹੀ ਆਨਸਰ ਆ ਜੇਕਰ ਆਪਾਂ ਰੁਪੀਸ ਦੀ ਗੱਲ ਕਰੀਏ ਰੁਪੀਸ ਆ ਜਿਹੜਾ ਉਹ ਕਰੰਸੀ ਆ ਉਹ ਇੰਡੀਆ ਦੇ ਅੰਦਰ ਯੂਜ਼ ਕੀਤੀ ਜਾਂਦੀ ਹੈ ਤਾਂ ਜੈਨ ਆ ਜਿਹੜਾ ਉਹ ਕਰੰਸੀ ਉਹ ਕਿਹਦੇ ਅੰਦਰ ਯੂਜ਼ ਕੀਤੀ ਜਾਂਦੀ ਬੰਗਲਾਦੇਸ਼ ਤਾਂ ਪਾਕਿਸਤਾਨ ਤੇ ਜਮ ਨਹੀਂ ਹਸਤਾਂਸ ਰਹੂਗਾ ਤੁਰਕੀ ਤੇ ਜਾਪਾਨ ਤੋਂ ਥੋੜੀ ਕਨਫਿਊਜ਼ਨ ਹੋ ਸਕਦੀ ਹੈ ਤਾਂ ਬਟ ਜੇਕਰ ਆਪਾਂ ਨਾਂ ਨੂੰ ਵੀ ਥੋੜਾ ਧਿਆਨ ਦੇਣਾ ਦੇਖਿਏ ਜਾਊਲ ਜਿਹੜਾ ਉਹ એનર્ਜੀ ਨਾਲ ਰਿਲੇਟਡ ਆ ਇਹਦਾ ਮਤਲਬ ਕਿ ਜਿਹੜੀ એનર્ਜੀ ਆ ਉਹਦੀ ਯੂਨਿਟ ਆਪਣੇ ਕੋਲ ਕੀ ਆ ਜਾਊਲ ਐਂਡ ਜਿਹੜੀ ਪਾਸਕਲ ਆ ਫਿਰ ਉਹ ਕੀ ਦੀ ਯੂਨਿਟ ਆ ਤੋਂ ਯੂਨਿਟ ਹੈਗੀ ਆਪਣੇ ਕੋਲੇ ਪ੍ਰੈਸ਼ਰ ਦੀ ਠੀਕ ਹੈ ਕਿਉਂਕਿ ਵੋਲਿਊਮ ਦੀ ਜਿਹੜੀ ਯੂਨਿਟ ਹੁੰਦੀ ਉਹ ਆਪਣੇ ਕੋਲੇ ਮੀਟਰ ਕਯੂਬ ਹੁੰਦੀ ਹੈ ਠੀਕ ਤਾਂ ਡੈਂਸਿਟੀ ਆਪਣੇ ਕੋਲੇ ਡੈਂਸਿਟੀ ਕੀ ਦੀ ਹੁੰਦਾ ਮਾਸ ਡਿਵਾਈਡਿਡ ਬਾਈ ਵੋਲਿਊਮ ਤਾਂ ਮਾਸ ਦੀ ਆਪਣੇ ਕੋਲੇ ਕੇਜੀ ਹੁੰਦੀ ਆ ਐਂਡ ਵੋਲਿਊਮ ਆਪਣੇ ਕੋਲੇ ਮੀਟਰ ਕਯੂਬ ਹੁੰਦਾ ਠੀਕ ਹੈ ਤਾਂ ਕੇਜੀ ਪਰ ਮੀਟਰ ਕਯੂਬ ਨੈਕਸਟ ਆਪਣੇ ਕੋਲ ਆਇਆ ਇਨ ਅ ਸਰਟਨ ਕੋਡ ਟੈਲੀਫੋਨ ਇਜ਼ ਰਿਟਨ ਐਜ਼ ਆ ਈ ਐਨ ਓ ਐਚ ਪੀ ਈ ਐਲ ਈ ਟੀ ਐਂਡ ਐਲੀਗੇਟਰ ਇਜ਼ ਰਿਟਨ ਇਨ ਸੇਮ ਕੋਡ ਤੇ ਜਿਕਰ ਆਪਾਂ ਟੈਲੀਫੋਨ ਨੂੰ ਥੋੜਾ ਧਿਆਨ ਦੇ ਨਾਲ ਦੇਖੀਏ ਇਹਦੇ ਨਾਲ ਕੰਪੇਅਰ ਕਰਕੇ ਦੇਖੀਏ ਇਹਨਾਂ ਨੂੰ ਰਿਵਰਸੀ ਕੀਤਾ ਹੋਇਆ ਪੁੱਠਾ ਕੀਤਾ ਹੋਇਆ ਉਹਨਾਂ ਨੇ ਮਤਲਬ ਟੀ ਜਿਹੜਾ ਅੱਗੇ ਸੀ ਉਹ ਪਿੱਛੇ ਲਿਖਤਾ ਜਿਹੜਾ ਈ ਅੱਗੇ ਪਿੱਛੇ ਸੀ ਉਹ ਅੱਗੇ ਲਿਖਤਾ ਮਤਲਬ ਸਾਰੇ ਨੰਬਰ ਜਿਵੇਂ ਈ ਸੀ ਉਸ ਤੋਂ ਬਾਅਦ ਈ ਲੱਗਤਾ ਫਿਰ ਉਸ ਤੋਂ ਬਾਅਦ ਐਲ ਲੱਗਤਾ ਮਤਲਬ ਰਿਪੀਟ ਹੀ ਕੀਤਾ ਹੋਇਆ ਵਾ ਇਟ ਮੀਨਸ ਕਿ ਆਪਾਂ ਇੱਥੇ ਐਂਡ ਪਿੱਛੇ ਆਪਣੇ ਕੋਲ ਕੀ ਹੋਣਾ ਚਾਹੀਦਾ ਲਾਸਟ ਵਿੱਚ ਜੇ ਹਮ ਆਪਣੇ ਕੋਲੇ ਏ ਹੋਣਾ ਚਾਹੀਦਾ ਇਹਦੇ ਇਹਦੇ ਥੱਲੇ ਵੀ ਮਤਲਬ ਵਿਚਕਾਰ ਵੀ ਕੋਈ ਨਾ ਕੋਈ ਆਪਣੇ ਕੋਲ ਅਲਫਾਬੈਟ ਹੋਣਗੇ ਆਰ او ٹی ਅੱਗੇ ਹੋਣਾ ਚਾਹੀਦਾ ਏ ਪਿੱਛੇ ਹੋਣਾ ਚਾਹੀਦਾ ਤੇ ਤੇ ਆਰ او ٹی ਨਹੀਂ ਲਿਖਿਆ ਆਇਆ ਤਾਂ ਕੱਟਿਆ ਗਿਆ ਆਰ او ٹی ਅੱਗੇ ਹੋਣਾ ਚਾਹੀਦਾ ਏ ਪਿੱਛੇ ਹੋਣਾ ਚਾਹੀਦਾ ਇਹ ਵੀ ਕੱਟਿਆ ਗਿਆ ਆਰ او ٹی ਅੱਗੇ ਹੋਣਾ ਚਾਹੀਦਾ ਏ ਪਿੱਛੇ ਇਹ ਵੀ ਕੱਟਿਆ ਗਿਆ ਤਾਂ ਲਾਸਟ ਆਪਣੇ ਕੋਲ ਫਿਰ ਇਹੀ ਆਪਸ਼ਨ ਬਚਿਆ ਇਹਦੇ ਆਰ او ٹی ਅੱਗੇ ਲਿਖਿਆ ਹੈ ਏ ਲਾਸਟ ਵਿੱਚ ਲਿਖਿਆ ਹੈ ਕੱਲਾ ਕੱਲਾ ਸਾਰਾ ਰਿਪੀਟ ਕਰਨ ਦੀ ਲੋੜ ਨਹੀਂ ਹੁੰਦੀ ਜੇਕਰ ਸਾਰਾ ਵੀ ਰਿਪੀਟ ਕਰ ਲਓਗੇ ਤਾਂ ਵੀ ਆ if x is a brother of son of y how x is related to y ta ki likha hoya x is the brother of son of y matlab apne kol ek y person aa theek aa y aapnu nahi pata ke male aa ke female aa theek aa male waste aap box banaunde hunde aa female waste aap idda circle bana dende hunde aa ta y aapnu nahi pata but oh kehnde x x is a brother of son of y ta x da jehda oh y da ek koi son aa oda brother aa x da jehda oda brother aa ਤੋ ਕਹਿੰਦੇ ਦੱਸੋ ਕਿ ਜਿਹੜਾ Y ਤੇ X ਆ ਇਹ ਦੋਨੇ ਇੱਕ ਦੂਜੇ ਨਾਲ ਕਿਵੇਂ ਰਿਲੇਟਡ ਆ ਹੁਣ ਦੇਖੋ ਜਿਹੜਾ Y ਆ ਉਹਦਾ ਜਿਹੜਾ ਬੇਟਾ ਵਾ ਉਹ ਇਹਦਾ ਬ੍ਰਦਰ ਆ ਇਟ ਮੀਨਸ ਕਿ ਇਹ ਦੋਨੇ ਭਰਾ ਹੋਗੇ ਐਂਡ Y ਆ ਜਿਹੜਾ ਉਹ ਜੋ ਜੇਕਰ ਇਹ ਮੇਲ ਆ ਤਾਂ ਉਹਦਾ ਫਾਦਰ ਹੋਗਾ ਜੇਕਰ ਫੀਮੇਲ ਆ ਤਾਂ ਉਹਦੀ ਮਦਰ ਹੋਗੀ ਇਟ ਮੀਨਸ ਕਿ ਇਹ ਦੋਨੇ ਆਪਸ ਵਿੱਚ ਬ੍ਰਦਰ ਆ ਐਂਡ ਇਹਨਾਂ ਦੇ ਪੇਰੈਂਟਸ ਦੇ ਵਿੱਚੋਂ ਫਾਦਰ ਜਾਂ ਮਦਰ ਤਾਂ ਇਹਦਾ ਮਤਲਬ ਇਹ ਹੋਗਾ ਕਿ ਜਿਹੜਾ X ਆ ਉਹ Y ਦਾ ਕੀ ਹੋ ਗਿਆ son ਹੋ ਗਿਆ ਤਾਂ ਆਨਸਰ ਆਪਣੇ ਕੋਲ ਕੀ ਆਜੂਗਾ son ਆਜੂਗਾ ਠੀਕ ਆਈ ਥਿੰਕ ਕਿ ਤੁਹਾਨੂੰ ਇਹ ਚੀਜ਼ ਕਲੀਅਰ ਹੋ ਗਈ ਹੋਗੀ ਪੰਜਾਬੀ ਵਿੱਚ ਵੀ ਜੇਕਰ ਆਪਾਂ ਦੇਖਾਂਗੇ ਤਾਂ ਸੇਮ ਹੀ which will appear fourth inna english dictionary fourth english dictionary ਦੇ ਵਿੱਚ fourth ਕਿਹੜਾ ਹੋਊਗਾ ਤਾਂ ਦੇਖੋ ਫਰਸਟ ਦਾ ਆਪਾਂ ਟੂ ਦੇਖਣ ਦੀ ਲੋੜ ਹੀ ਨਹੀਂ ਕਿਉਂਕਿ ਸਾਰਿਆਂ ਦੇ ਨਾਲ q u q u ਵੀ ਲਿਖਿਆ ਹੋਇਆ ਹੈ ਇਹਦਾ ਮਤਲਬ ਕਿ ਫਰਸਟ ਦਾ ਦੇਖਣ ਦੀ ਲੋੜ ਨਹੀਂ ਜੇਕਰ ਆਪਾਂ ਥਰਡ ਦੇਖੀਏ ਤਾਂ ਥਰਡ ਆਪਸ਼ਨ ਦੇ ਵਿੱਚ ਆਪਣੇ ਕੋਲ a ਲਿਖਿਆ ਹੋਇਆ ਇੱਥੇ ਥਰਡ ਵਿੱਚ ਆਪਣੇ ਕੋਲ a ਆ ਤਾਂ a ਵਾਲਾ ਫਰਸਟ ਆਊਗਾ ਠੀਕ ਹੈ ਵੈਸੇ ਆਪ ਨੂੰ ਬਾਕੀ ਵੀ ਦੇਖ ਲੈਣਾ ਚਾਹੀਦਾ ਥਰਡ ਇੱਥੇ e ਆ ਐਂਡ ਇੱਥੇ i ਆ ਇਟ ਮੀਨਸ ਕਿ ਇਹ ਹੀ ਆਊਗਾ ਉਸ ਤੋਂ ਬਾਅਦ a ਤੋਂ ਬਾਅਦ ਜੇਕਰ ਦੇਖੀਏ ਤਾਂ e ਹੁੰਦਾ ਇਟ ਮੀਨਸ ਕਿ ਸੈਕੰਡ ਪੋਜੀਸ਼ਨ ਤੇ ਆਊਗਾ ਇੱਥੇ ਦੋਨਾਂ ਦੇ ਵਿੱਚ ਆਈ ਲਿਖਿਆ ਹੋਇਆ ਹੈ। 3rd ਪੋਜੀਸ਼ਨ ਤੇ ਤਾਂ ਆਪਾਂ 4th ਪੋਜੀਸ਼ਨ ਦੇਖਾਂਗੇ। 4th ਇੱਥੇ ਸੀ ਲਿਖਿਆ ਹੋਇਆ ਹੈ। ਇੱਥੇ 4th ਵਿੱਚ ਟੀ ਲਿਖਿਆ ਹੋਇਆ ਹੈ। ਇਟ ਮੀਨਸ ਕਿ ਇਹ 3rd ਤੇ ਆਊਗਾ ਕਿਉਂਕਿ ਸੀ ਪਹਿਲਾਂ ਹੁੰਦਾ ਹੁੰਦਾ। ਤੇ ਡੀ ਆ ਟੀ ਹੈ ਜਿਹੜਾ ਲਾਸਟ ਵਿੱਚ ਆਉਂਦਾ ਹੁੰਦਾ ਇਹਦਾ ਮਤਲਬ 4th ਤੇ ਏ ਆਊਗਾ। ਤੇ ਮੇਰੇ ਕੋਲ ਕੁਇਟਾ ਜਿਹੜਾ ਆਪਣੇ ਕੋਲ ਇਸ ਦਾ ਸਹੀ ਆਨਸਰ ਹੋਊਗਾ ਲਾਸਟ ਦੇ ਵਿੱਚ ਆਊਗਾ। ਠੀਕ ਹੈ। which of the following word can be formed using a letter dictionary dictionary ਨੂੰ use ਕਰਕੇ ਕੀ ਬਣਾ ਸਕਦੇ ਆ ਸਿੰਪਲੀ ਦੇ ਅੰਦਰ ਇਹ ਦੇਖਣਾ ਕਿ ਇਹਨਾਂ ਦੇ ਵਿੱਚ ਜਿਹੜੇ ਵਰਡ ਯੂਜ਼ ਕੀਤੇ ਗਏ ਆ ਕੀ ਉਹ ਡਿਕਸ਼ਨਰੀ ਵਿੱਚ ਹੈਗੇ ਆ ਕਿ ਨਹੀਂ ਜੇਕਰ ਆਪਾਂ ਡਾਇਰੀ ਦੇਖੀਏ ਤਾਂ ਡਾਇਰੀ ਵਿੱਚ ਡੀ ਵੀ ਹੈਗਾ ਇੱਥੇ ਡੀ ਪਿਆ ਹੋਇਆ ਆਈ ਵੀ ਪਿਆ ਹੋਇਆ ਉਸ ਤੋਂ ਬਾਅਦ ਆਈ ਵੀ ਪਿਆ ਹੋਇਆ ਦੋ ਆਈਸ ਪਈਆਂ ਹੋਣਗੀਆਂ ਆਰ ਵੀ ਪਿਆ ਹੋਇਆ ਵਾਈ ਵੀ ਪਿਆ ਤੇ ਇਹ ਸਹੀ ਆਨਸਰ ਆ ਬਾਕੀ ਜੇ ਤੁਸੀਂ ਚੈੱਕ ਵੀ ਕਰੋਗੇ ਤਾਂ ਸਾਰੇ ਦੇ ਸਾਰੇ ਤੁਹਾਨੂੰ ਜਿਹੜੇ ਅਲਫਾਬੈਟੋ ਵਿੱਚ ਦੇ ਅੰਦਰ ਨਹੀਂ ਮਿਲਣਗੇ ਜਿਵੇਂ ਇੱਥੇ ਡਬਲ ਡੀ ਹੋ ਗਿਆ ਡਬਲ ਡੀ ਹੈ ਨਹੀਂ ਇੱਥੇ ਬੀ ਨਹੀਂ ਪਿਆ ਹੋਣਾ ਉਹਦੇ ਅੰਦਰ ਇਥੇ ਡਬਲ ਐਂ ਨਹੀਂ ਹੋਣਾ ਠੀਕ ਹੈ ਤਾਂ ਇਹ ਆਪਣੇ ਆਪਣੇ ਕੋਲ ਆਪਸ਼ਨਾਂ ਜਿਹੜੇ ਉਹ ਇਨਕਰੈਕਟ ਹੋਗੇ ਠੀਕ ਅੱਗੇ ਉਹਨਾਂ ਨੇ ਆਪਾਂ ਨੂੰ ਕਿਹਾ ਹੋਇਆ ਕਿ ਜਿਹੜਾ ਮਲਟੀਪਲਾਈ ਆ ਉਹਦਾ ਮਤਲਬ ਹੈਗਾ ਵਾ ਡਿਵਾਈਡ ਜਿਹੜਾ ਮਾਈਨਸ ਆ ਉਹਦਾ ਮਤਲਬ ਹੈਗਾ ਮਲਟੀਪਲਾਈ ਜਿਹੜਾ ਡਿਵਾਈਡ ਆ ਉਹਦਾ ਮਤਲਬ ਹੈਗਾ ਪਲੱਸ ਐਂ ਜਿਹੜਾ ਪਲੱਸ ਆ ਉਹਦਾ ਮਤਲਬ ਹੈਗਾ ਮਾਈਨਸ ਤਾਂ ਕਿੰਦੀ ਇਹਨੂੰ ਸੋਲਵ ਕਰਕੇ ਦੱਸੋ ਇਹਦਾ ਆਨਸਰ ਕੀ ਆਊਗਾ ਸਭ ਤੋਂ ਪਹਿਲਾਂ ਤਾਂ ਇਹਨੂੰ ਚੇਂਜ ਕਰ ਲਓ ਦੇਖੋ ਮਾਈਨਸ ਦਾ ਮਤਲਬ ਕੀ ਆ ਮਾਈਨਸ ਮੀਨਸ ਮਲਟੀਪਲਾਈ ਇਹਦਾ ਮਤਲਬ ਇੱਥੇ ਮਲਟੀਪਲਾਈ ਆ ਠੀਕ ਹੈ ਉਸ ਤੋਂ ਬਾਅਦ ਡਿਵਾਈਡ ਦਾ ਕੀ ਮਤ ਇਹਦਾ ਮਤਲਬ ਇੱਥੇ ਆਪਣੇ ਕੋਲ ਕੀ ਆ ਪਲੱਸ ਆ ਐਂਡ ਮਲਟੀਪਲਾਈ ਮੀਨਸ ਮਲਟੀਪਲਾਈ ਦਾ ਮਤਲਬ ਹੈਗਾ ਵਾ ਡਿਵਾਈਡ ਮਲਟੀਪਲਾਈ ਦਾ ਮਤਲਬ ਹੈਗਾ ਡਿਵਾਈਡ ਤੇ ਪਲੱਸ ਦਾ ਮਤਲਬ ਹੈਗਾ ਮਾਈਨਸ ਠੀਕ ਹੈ ਹੁਣ ਇਹਨੂੰ ਸੋਲਵ ਕਰ ਲੈਨੇ ਆਪਾਂ ਤਾਂ ਬੋਡਮਾਸ ਕੀ ਕਹਿੰਦਾ ਸਭ ਤੋਂ ਪਹਿਲਾਂ ਡਿਵਾਈਡ ਕਰੋ ਤਾਂ ਸਭ ਤੋਂ ਪਹਿਲਾਂ ਜੇਕਰ ਆਪਾਂ ਡਿਵਾਈਡ ਕਰਾਂਗੇ ਤਾਂ ਇਹ ਆਪਣੇ ਕੋਲ ਕਿ ਆ ਜਾਊਗਾ 2 ਠੀਕ ਹੈ ਉਸ ਤੋਂ ਬਾਅਦ ਜੇਕਰ ਆਪਾਂ ਇਹਨਾਂ ਦੋਨੋਂ ਨੂੰ ਮਲਟੀਪਲਾਈ ਕਰਾਂਗੇ ਤਾਂ ਆਪਣੇ ਕੋਲ ਆ ਜਾਊਗਾ 15 ਵਿਚਕਾਰ ਇਹਦੇ ਪਲੱਸ ਦਾ ਸਾਈਨ ਹੈ ਠੀਕ ਹੈ ਉਸ ਤੋਂ ਬਾਅਦ ਆਪਣੇ ਕੋਲੇ ਮਾਈਨਸ ਫਿਰ ਆਪਣੇ ਕੋਲੇ 6 ਤੈਨੂੰ ਦੋਨੋਂ ਨੂੰ ਮਲਟੀਪਲਾਈ ਕੀਤਾ ਆਪਣੇ ਕੋਲੇ 15 ਆ ਗਿਆ ਐ ਨਾ ਦੋਨੋਂ ਨੂੰ ਡਿਵਾਈਡ ਕੀਤਾ ਆਪਣੇ ਕੋਲੇ 2 ਆ ਗਿਆ ਇੱਥੇ ਆਪਣੇ ਕੋਲੇ ਪਲੱਸ ਦਾ ਸਾਈਨ ਸੀ ਐਂਡ ਇੱਥੇ ਆਪਣੇ ਕੋਲੇ ਕਿਸੀ ਮਾਈਨਸ ਦਾ ਸਾਈਨ ਜੇਕਰ ਆਪਾਂ ਇਹਨਾਂ ਦੋਨੋਂ ਨੂੰ ਐਡ ਕਰਾਂਗੇ ਤਾਂ ਆਪਣੇ ਕੋਲੇ ਕਿੰਨਾ ਆ ਗਿਆ 17 17 ਦੇ ਵਿੱਚੋਂ ਆਪਾਂ 6 ਮਾਈਨਸ ਕਰਾਂਗੇ ਤਾਂ ਆਨਸਰ ਆਪਣੇ ਕੋਲੇ ਕੀ ਆ ਜਾਊਗਾ 11 ਤਾਂ 11 ਜਿਹੜਾ ਹੋਗਾ ਇਸ ਦਾ ਸਹੀ ਆਨਸਰ ਹੋਊਗਾ ਠੀਕ ਹੈ ਬੀ ਆਪਸ਼ਨ ਜਿਹੜਾ ਉਸ ਦਾ ਸਹੀ ਆਨਸਰ ਆ ਆਈ ਥਿੰਕ ਇਹ ਤੁਹਾਨੂੰ ਸਮਝ ਲੱਗ ਗਿਆ ਹੋਗਾ ਨਾ ਬਹੁਤ ਹੀ ਆਦੀ ਸੀ ਬਹੁਤ ਹੀ ਆਦੇ ਸੌਖਾ ਸੀ ਹੈ ਮੋਹਨ ਰੈਂਕ 7th ਫਰੋਮ ਅ ਟਾਪ ਐਂਡ 26th ਫਰੋਮ ਹਾਊ ਮਨੀ ਸਟੂਡੈਂਟਸ ਆਰ देयर ਇਨ ਅ ਕਲਾਸ ਟੌਪ ਤੋਂ ਉਹਦਾ ਰੈਂਕ ਹੈਗਾ ਵਾ 7th ਐਂਡ ਬਾਟਮ ਤੋਂ ਉਹਦਾ ਹੈਗਾ ਵਾ 26th ਠੀਕ ਹੈ ਤਾਂ ਇਹਨੂੰ ਆਪਾਂ ਟੌਪ ਬਾਟਮ ਬਣਾਉਂਦੀ ਹੈਗਾ ਐਂ ਬਣਾ ਲੈਨੇ ਉਹਨੇ ਲਾਈਨ ਦੇ ਵਿੱਚ ਠੀਕ ਹੈ ਤਾਂ ਮੰਨ ਲੈਨੇ ਆਪਣੇ ਕੋਲੇ ਮੋਹਨ ਟੌਪ ਤੋਂ ਜੇਕਰ ਆਪਾਂ ਰੈਂਕ ਦੇਖੀਏ ਤਾਂ ਇਹਦਾ ਕਿੰਨਾ ਹੈਗਾ ਆਪਣੇ ਕੋਲੇ 7th ਜੇਕਰ ਆਪਾਂ ਬਾਟਮ ਤੋਂ ਰੈਂਕ ਦੇਖੀਏ ਤਾਂ ਇਹਦਾ ਰੈਂਕ ਹੈਗਾ ਆਪਣੇ ਕੋਲੇ 26th ਠੀਕ ਹੈ ਹੁਣ ਇੱਥੇ ਸਿੱਧੀ ਜੀ ਗੱਲ ਆ ਕਲੀਅਰ ਗੱਲ ਆ ਕਿ ਜੇ 26th ਰੈਂਕ ਹੈ ਤਾਂ ਮਤਲਬ 25 ਬੱਚੇ ਇੱਧਰ ਬੈਠੇ ਹੋਣਗੇ ਠੀਕ ਹੈ ਜੇਕਰ ਇਧਰ 7ਥ ਰੈਂਕ ਹੈ ਤਾਂ ਮਤਲਬ 6 ਬੱਚੇ ਇਧਰ ਬੈਠੇ ਹੋਣਗੇ ਹੁਣ 6 ਬੱਚੇ ਇਧਰ ਬੈਠੇ ਆ 25 ਬੱਚੇ ਇਧਰ ਬੈਠੇ ਆ ਇੱਕ-ਇੱਕ ਖੋਦਾ ਇੱਕ-ਇੱਕ ਖੋਦਾ ਠੀਕ ਹੈ ਤਾਂ ਟੋਟਲ ਕਿੰਨੇ ਬੱਚੇ ਹੋਗੇ ਤਾਂ ਜੇਕਰ ਆਪਾਂ 25 ਦੇ ਵਿੱਚ 25 ਦੇ ਵਿੱਚ 6 ਐਡ ਕਰਾਂਗੇ ਤਾਂ 31 ਹੁੰਦਾ ਤੇ ਆਪਣੇ ਆਪ ਨੂੰ ਇਹਨੂੰ ਐਡ ਕਰਾਂਗੇ ਤਾਂ 32 ਹੋ ਗਿਆ 31 1 32 ਇਹਦਾ ਮਤਲਬ ਸਹੀ ਆਨਸਰ ਆਪਣੇ ਕੋਲ ਕੀ ਹੋਊਗਾ 32 ਤਾਂ 32 ਇਸਦਾ ਕੀ ਸੀ ਆਪਣੇ ਕੋਲ ਸਹੀ ਆਨਸਰ ਸੀ ਠੀਕ ਹੈ ਰਾਮ ਇਜ਼ ਅਲਡਰ ਦੈਨ ਸ਼ਾਹ ਠੀਕ ਹੈ ਤਾਂ ਇੱਥੇ ਆਪਣੇ ਕੋਲੇ ਕੰਡੀਸ਼ਨਸ ਬੰਦ ਨੇ ਉਹਨਾਂ ਨੂੰ ਆਪਾਂ ਇੱਥੇ ਨਾਲ ਦੀ ਨਾਲ ਲਿਖੀ ਜਾਣੀ ਠੀਕ ਹੈ ਤਾਂ ਰਾਮ ਜਿਹੜਾ ਵਾ ਰਾਮ ਇਜ਼ ਐਲਡਰ ਦੈਨ ਸ਼ਾਮ ਸ਼ਾਮ ਨੂੰ ਐਸ ਲਿਖ ਦੇਣਾ ਠੀਕ ਉਸ ਤੋਂ ਬਾਅਦ ਕੀ ਲਿਖਿਆ ਲਕਸ਼ਮਣ ਇਜ਼ ਐਲਡਰ ਦੈਨ ਸ਼ਾਮ ਲਕਸ਼ਮਣ ਜਿਹੜਾ ਉਹ ਸ਼ਾਮ ਨਾਲੋਂ ਵੱਡਾ ਵਾ ਤਾਂ ਆਪਾਂ ਐਲ ਲਿਖ ਦਿੰਨੇ ਆ ਲਕਸ਼ਮਣ ਇਜ਼ ਐਲਡਰ ਦੈਨ ਸ਼ਾਮ ਚਲੋ ਉਸ ਤੋਂ ਬਾਅਦ ਨੈਕਸਟ ਆਪਣੇ ਕੋਲੇ ਬਟ ਨਾਟ ਬਟ ਨਾਟ 扬ਗਰ ਦੈਨ ਰਾਮ ਬਟ ਜਿਹੜਾ ਰਾਮ ਆ ਬਟ ਨੋਟ 扬ਗਰ ਦੈਨ ਰਾਮ ਤੇ ਰਾਮ ਦੇ ਨਾਲੋਂ ਇਹ ਛੋਟਾ ਨਹੀਂਗਾ ਲਕਸ਼ਮਣ ਆ ਜਿਹੜਾ ਉਹ ਰਾਮ ਦੇ ਨਾਲੋਂ ਛੋਟਾ ਨਹੀਂਗਾ ਜੇ ਰਾਮ ਦੇ ਨਾਲੋਂ ਛੋਟਾ ਨਹੀਂਗਾ ਇਹਦਾ ਮਤਲਬ ਕਿ ਰਾਮ ਦੇ ਨਾਲੋਂ ਵੱਡਾ ਹੋਊਗਾ ਤੇ ਜੇ ਰਾਮ ਦੇ ਨਾਲੋਂ ਵੱਡਾ ਹੋਊਗਾ ਫਿਰ ਮੈਂ ਇੱਥੇ ਹੀ ਲਿਖ ਦਿੰਦਾ ਇਹਨੂੰ ਇੱਥੋਂ ਹੀ ਪਤਾ ਲੱਗ ਗਿਆ ਨਾ ਕਿ ਜਿਹੜਾ ਲਕਸ਼ਮਣ ਆ ਉਹ ਰਾਮ ਨਾਲੋਂ ਵੀ ਵੱਡਾ ਹੋ ਗਿਆ ਤੇ ਸ਼ਾਮ ਨਾਲੋਂ ਵੀ ਵੱਡਾ ਹੋ ਗਿਆ ਕਿਉਂਕਿ ਇੱਥੇ ਲਿਖਿਆ ਨਾ ਕਿ ਬਟ ਨੋਟ 扬ਗਰ ਦੈਨ ਰਾਮ ਰਾਮ ਦੇ ਨਾਲੋਂ ਛੋਟਾ ਨਹੀਂਗਾ ਜੇ ਰਾਮ ਦੇ ਨਾਲੋਂ ਛੋਟਾ ਨਹੀਂਗਾ ਤਾਂ ਰਾਮ ਨਾਲੋਂ ਵੱਡਾ ਹੋਊਗਾ ਤਾਂ ਮਤਲਬ ਇੱਕ ਲਾਈਨ ਦੇ ਵਿੱਚ ਹੀ ਹੋ ਗਿਆ ਉਸ ਤੋਂ ਬਾਅਦ ਤਾਂ ਜਿਹੜਾ ਹਨੂਮਾਨ ਉਹ ਸਾਰਿਆਂ ਨਾਲੋਂ ਛੋਟਾ ਵਾ ਹਰੀ ਦੇ ਨਾਲੋਂ ਵੀ ਛੋਟਾ ਵਾ ਸ਼ਾਮ ਦੇ ਨਾਲੋਂ ਵੀ ਛੋਟਾ ਵਾ ਤਾਂ ਸ਼ਾਮ ਤਾਂ ਫਿਰ ਇਹ ਵੀ ਆਇਆ ਇਹਦੇ ਨਾਲੋਂ ਵੀ ਛੋਟਾ ਤੇ ਹਰੀ ਨਾਲੋਂ ਵੀ ਛੋਟਾ ਇਹਦਾ ਮਤਲਬ ਕਿ ਹਰੀ ਫਿਰ ਇੱਥੇ ਆਊਗਾ ਠੀਕ ਹੈ ਨਾ ਮੈਂ ਹਰੀ ਹਰੀ ਨੂੰ ਮੈਂ ਐਚ ਨਾ ਲਿਖ ਦੇਣਾ ਹਰੇ ਹਰੇ ਹਰੀ ਨਾਲ ਠੀਕ ਹੈ ਤੇ ਜਿਹੜਾ ਮੇਰੇ ਕੋਲੇ ਹਨੂਮਾਨ ਨੂੰ ਮੈਂ ਐਚ ਨਾ ਲਿਖ ਦੇਣਾ ਉਹ ਲਾਸਟ ਦੇ ਵਿੱਚ ਆ ਜਾਊਗਾ ਠੀਕ ਹੈ ਇਹੀ ਹੋ ਗਿਆ ਨਾ ਕਿ ਹਨੂਮਾਨ ਇਜ਼ ਅ ਯੰਗਰ ਦੈਨ ਬੋਥ ਹਰੀ ਦੇ ਨਾਲੋਂ ਵੀ ਤੇ ਸ਼ਾਮ ਦੇ ਨਾਲੋਂ ਵੀ ਛੋਟਾ ਹੋ ਗਿਆ ਸ਼ਾਮ ਇਜ਼ ਐਲਡਰ ਦੈਨ ਹਰੀ ਸ਼ਾਮਾ ਜਿਹੜਾ ਉਹ ਹਰੀ ਦੇ ਨਾਲੋਂ ਵੱਡਾ ਵਾ ਉਹ ਤਾਂ ਆਪਾਂ ਪਹਿਲਾਂ ਹੀ ਬਣ ਗਿਆ ਹੂ ਇਜ਼ ਅ 扬ਸ ਸਭ ਤੋਂ 扬ਗੇਸਟ ਫਿਰ ਕੌਣ ਹੋ ਗਿਆ ਆਪਣੇ ਕੋਲੇ ਹਨੂਮਾਨ ਹੋ ਗਿਆ ਤਾਂ ਸਾਨੂੰ ਮਾਨ ਕਿ ਇਸ ਦਾ ਸੀ ਹੋਗਾ ਆਪਣੇ ਕੋਲ ਸਹੀ ਆਨਸਰ ਆਊਗਾ ਠੀਕ ਹੈ ਤਾਂ ਹਨੂਮਾਨ ਸਾਰੇ ਨਾਲੋਂ ਛੋਟਾ ਹੋ ਗਿਆ ਜੇਕਰ ਆਪਾਂ ਕੰਡੀਸ਼ਨਸ ਨੂੰ ਪੜ੍ਹ-ਪੜ ਕੇ ਇਹ ਚੀਜ਼ ਬਣਾ ਲਾਂਗੇ ਤਾਂ ਫਿਰ ਆਪਣੇ ਕੋਲੇ ਬਹੁਤ ਸੌਖਾ ਹੋ ਜਾਂਦਾ ਹੁੰਦਾ ਠੀਕ ਹੈ ਤਾਂ ਬਹੁਤ ਹੀ ਅਡੀਜ਼ੀਆ ਬੈਟ ਇਜ਼ ਅ ਰੈਟ ਬੈਟ ਇਜ਼ ਅ ਰੈਕੇਟ ਐਂਡ ਰੈਕੇਟ ਇਜ਼ ਅ ਫੁੱਟਬਾਲ ਫੁੱਟਬਾਲ ਇਜ਼ ਅ ਸ਼ਟਲ ਐਂਡ ਸ਼ਟਲ ਇਜ਼ ਅ ਲੁੱਡੋ ਐਂਡ ਲੁੱਡੋ ਇਜ਼ ਕੈਮ ਕੈਨਨ ਵਿਚ ক্রিকেট ਪਲੇਡ ਵਿਦ ক্রিকেট ਕਿਹਦੇ ਨਾਲ ਪਲੇ ਕੀਤੀ ਜਾਂਦੀ ਹੈ ক্রিকেট ਕਿਹਦੇ ਨਾਲ ਪਲੇ ਕੀਤੀ ਜਾਂਦੀ ਹੈ ਬੈਟ ਨਾਲ ਪਲੇ ਕੀਤੀ ਜਾਂਦੀ ਹੈ ਤਾਂ ਬੈਟ ਨੂੰ ਕੀ ਕਹਿੰਦੇ ਆਪਾਂ ਰੈਕਟ ਕਹਿੰਦੇ ਆਂਸਰ ਕਿਹਾ ਜਾਊਗਾ ਰੈਕਟ ਠੀਕ ਹੈ ਤਾਂ ਉਹਨਾਂ ਨੇ ਇਹ ਪੁੱਛਿਆ ਕਿ ਬੈਟ ਨੂੰ ਆਪਾਂ ਕੀ ਕਹਿੰਦੇ ਬੈਟ ਨੂੰ ਆਪਾਂ ਰੈਕਟ ਕਹਿੰਦੇ ਇੱਥੇ ਹੈਨਾ ਤਾਂ ক্রিকেট ਕਿਹਦੇ ਨਾਲ ਪਲੇ ਕੀਤੀ ਜਾਂਦੀ ਹੈ ਬੈਟ ਦੇ ਨਾਲ ਇਹਦਾ ਮਤਲਬ ਆਨਸਰ ਕਿਹਾ ਜਾਊਗਾ ਰੈਕਟ ਸਿਲੈਕਟ ਕਵੈਸਚਨ ਮਾਰਕ ਫਰੋਮ ਦੀ ਫੋਲੋਚਰ ਇਹਦੇ ਵਿੱਚੋਂ ਆਨਸਰ ਦੱਸਣਾ ਕਿ ਕੀ ਆਊਗਾ ਆਪਣੇ ਕੋਲੇ ਠੀਕ ਹੈ ਜੇਕਰ ਆਪਾਂ ਇਹ ਤੋਂ ਆਨਸਰ ਦੇਖਣ ਦੀ ਕੋਸ਼ਿਸ਼ ਕਰੀਏ ਅ ਇਹਨੂੰ ਥੋੜਾ ਧਿਆਨ ਦੇ ਨਾਲ ਦੇਖਣਾ ਪੈਣਾ ਆਪਾਂ ਨੂੰ ਤੇ ਇੱਥੇ ਆਪਾਂ ਥੋੜਾ ਜਿਹਾ ਜੇਕਰ ਧਿਆਨ ਦੇ ਨਾਲ ਦੇਖੀਏ ਤਾਂ ਜੇ ਆਪਾਂ 15 ਨੂੰ ਇਹਦੇ ਨਾਲ ਮਲਟੀਪਲਾਈ ਕਰੀਏ ਤਾਂ ਉਹ ਆਪਣੇ ਕੋਲ ਕਿੰਨਾ ਬਣ ਜਾਊਗਾ 450 ਜੇਕਰ ਆਪੋ ਤਾਂ ਹਾਫ ਕਰੀਏ ਤਾਂ ਉਹ ਆਪਣੇ ਕੋਲ ਇਹ ਵੀ ਆਇਆ ਮਤਲਬ ਇਹਦਾ ਹਾਫ ਕਰਕੇ ਠੀਕ ਸਿਮਿਲਰਲੀ ਆਪਾਂ ਕੀ ਕਰੀਏ 7 ਨੂੰ 20 ਦੇ ਨਾਲ ਮਲਟੀਪਲਾਈ ਕਰੀਏ ਤਾਂ ਉਹ ਆਪਣੇ ਕੋਲ ਕਿੰਨਾ ਬਣ ਜਾਊਗਾ 140 ਜੇਕਰ ਆਪਾਂ ਇਹਦਾ ਹਾਫ ਕਰੀਏ ਤਾਂ ਉਹ ਆਪਣੇ ਕੋਲੇ ਬਣ ਜਾਊਗਾ 70 ਇਹ ਲਿਖਿਆ ਹੋਇਆ ਸਿਮਿਲਰਲੀ ਆਪਾਂ ਇਹਨਾਂ ਦੋਨਾਂ ਨੂੰ ਮਲਟੀਪਲਾਈ ਕਰਾਂਗੇ 24 ਉਹਦਾ ਹਾਫ ਕਰਾਂਗੇ ਤਾਂ 12 ਇਟ ਮੀਨਸ ਕਿ ਬੀ ਆ ਜਿਹੜਾ ਆਪਣੇ ਕੋਲੇ ਕੀ ਇਸ ਦਾ ਸਹੀ ਆਨਸਰ ਹੋਊਗਾ ਠੀਕ ਹੈ ਤਾਂ 14 ਦਾ ਆਨਸਰ ਆਪਣੇ ਕੋਲੇ ਕੀ ਆ ਗਿਆ ਬੀ ਆ ਗਿਆ ਨੈਕਸਟ ਵੀ ਕੁਐਸਚਨ ਦੇਖਦੇ ਹਾਂ ਇਹਨੂੰ ਥੋੜਾ ਧਿਆਨ ਦੇ ਨਾਲ ਦੇਖਾਂਗੇ ਐਂਡ ਆਨਸਰ ਫਾਈਂਡ ਆਊਟ ਕਰਨ ਦੀ ਕੋਸ਼ਿਸ਼ ਕਰਾਂਗੇ ਇਹਦੇ ਅੰਦਰ ਜੇਕਰ ਆਪਾਂ ਥੋੜਾ ਧਿਆਨ ਨਾਲ ਦੇਖਾਂਗੇ ਤੇ ਇਹਨਾਂ ਦਾ ਡਿਫਰੈਂਸ ਆਪਣੇ ਕੋਲੇ ਕਿੰਨਾ ਆ ਮਾ 6 ਇਹਨਾਂ ਦੋਨਾਂ ਦਾ ਡਿਫਰੈਂਸ ਆਪਣੇ ਕੋਲੇ ਕਿੰਨਾ ਆ ਮਾ 60 ਤੇ 40 ਨੂੰ ਜੇਕਰ ਆਪਾਂ ਐਡ ਕਰੀਏ ਤਾਂ ਆਪਣੇ ਕੋਲ ਕਿੰਨਾ ਬੰਦਾ ਵਾ 20 ਠੀਕ ਆ ਅੱਗੇ ਜੇਕਰ ਆਪਾਂ ਦੇਖੀਏ ਇਹਨਾਂ ਦੋਨਾਂ ਦਾ ਡਿਫਰੈਂਸ ਆਪਣੇ ਕੋਲੇ 6 ਤਾਂ ਇਹਨਾਂ ਦੋਨਾਂ ਦਾ ਡਿਫਰੈਂਸ ਆਪਣੇ ਕੋਲੇ ਕਿੰਨਾ ਬੰਦਾ ਵਾ 7 ਐਂਡ ਜੇ ਆਪਾਂ 7 ਤੇ 6 ਨੂੰ ਐਡ ਕਰਾਂਗੇ ਤਾਂ ਆਪਣੇ ਕੋਲ ਕਿੰਨਾ ਬੰਦਾ ਵਾ 23 13 ਸਿਮਿਲਰਲੀ ਜੇਕਰ ਆਪਾਂ ਅੱਗੇ ਦੇਖੀਏ ਇਹਨਾਂ ਦੋਨਾਂ ਦਾ ਡਿਫਰੈਂਸ ਆਪਣੇ ਕੋਲੇ ਕਿੰਨਾ ਬੰਦਾ ਵਾ 6 ਤਾਂ ਇਹਨਾਂ ਦੋਨਾਂ ਦਾ ਡਿਫਰੈਂਸ ਆਪਣੇ ਕੋਲੇ ਕਿੰਨਾ ਬੰਦਾ ਵਾ 6 ਜੇਕਰ ਆਪਾਂ 6 ਤੇ 6 ਨੂੰ ਐਡ ਕਰਾਂਗੇ ਤਾਂ ਆਪਣੇ ਕੋਲ ਕਿੰਨਾ ਹੋਣਾ ਚਾਹੀਦਾ ਇੱਥੇ 12 ਠੀਕ ਆ ਤਾਂ 12 ਆ ਠੀਕ ਹੈ ਨੈਕਸਟ ਫਿਗਰ ਆਪਾਂ ਦੇਖਦੇ ਹਾਂ ਕੀ ਲਿਖਿਆ ਹੋਇਆ ਇਹਨਾਂ ਨੇ ਇਨ ਈਚ ਆਫ ਦੀ ਫੋਲੋਇੰਗ ਕੁਐਸਚਨ ਚੂਜ਼ ਦੀ ਕਰੈਕਟ ਵਾਟਰ ਇਮੇਜ ਆਫ ਦੀ ਫਿਗਰ ਐਕਸ ਫਰੋਮ ਅਮੰਗਸ ਦੀ 4 ਆਲਟਰਨੇਟਿਵ ਏ ਬੀ ਸੀ ਡੀ ਇਨ 기ਵਨ ਅੱਛਾ ਤਾਂ ਆਪਾਂ ਨੂੰ ਕੀ ਕਿਹਾ ਉਹਨੇ ਉਹਨੇ ਇਹ ਕਿਹਾ ਕਿ ਦਾ ਆਪਾਂ ਨੂੰ ਫਾਈਂਡ ਆਊਟ ਕਰਕੇ ਦੱਸੋ ਕਿ ਦੀ ਜਿਹੜੀ ਇਮੇਜ ਬਣੂਗੀ ਉਹ ਕਿਹੜੀ ਬਣੂਗੀ ਇਹਨਾਂ ਦੇ ਵਿੱਚੋਂ ਹੁਣ ਇਹਦੇ ਅੰਦਰ ਥੋੜਾ ਧਿਆਨ ਦੇਣ ਵਾਲੀ ਗੱਲ ਹੈ ਕਿ ਜਦੋਂ ਆਪਾਂ ਕਿਸੇ ਵੀ ਮਿਰਰ ਦੇ ਅੱਗੇ ਖੜਦੇ ਹਾਂ ਤਾਂ ਮਿਰਰ ਦੇ ਅੰਦਰ ਜਿਹੜੀ ਆਪਣੀ ਪੋਜੀਸ਼ਨ ਚੇਂਜ ਹੁੰਦੀ ਹੈ ਸਿਰਫ ਉਹ ਲੈਫਟ ਰਾਈਟ ਹੁੰਦਾ ਹੈ ਰਾਈਟ ਐਂਡ ਲੈਫਟ ਹੁੰਦਾ ਉੱਪਰ ਥੱਲੇ ਵਾਲੀਆਂ ਚੀਜ਼ਾਂ ਕਦੇ ਚੇਂਜ ਨਹੀਂ ਹੁੰਦੀਆਂ ਜਿਹੜੀ ਚੀਜ਼ ਤੁਹਾਡੀ ਲੈਫਟ ਦੇ ਵਿੱਚ ਉਹ ਰਾਈਟ ਵਿੱਚ ਚਲੀ ਜਾਊਗੀ ਜਿਹੜੀ ਰਾਈਟ ਦੇ ਵਿੱਚ ਉਹ ਤੁਹਾਡੀ ਲੈਫਟ ਦੇ ਵਿੱਚ ਚਲੀ ਜਾਊਗੀ ਬਾਕੀ ਚੀਜ਼ਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਚੇਂजेस ਨਹੀਂ ਆਊਗਾ ਠੀਕ ਹੈ ਤਾਂ ਜਦੋਂ ਹੁਣ ਮਿਰਰ ਦੇ ਅੱਗੇ ਆਪਾਂ ਇਹ ਚੀਜ਼ ਨੂੰ ਰੱਖਾਂਗੇ ਤਾਂ ਮਿਰਰ ਦੇ ਅੱਗੇ ਜਿਹੜਾ ਟੌਪ ਵਾਲੀ ਚੀਜ਼ ਉਹ ਟੌਪ ਹੀ ਰਹੂਗੀ ਇਟ ਠੀਕ ਟਾਪ ਆ ਬਾਟਮ ਕਦੀ ਚੇਂਜ ਨਹੀਂ ਹੁੰਦਾ ਉਸ ਤੋਂ ਬਾਅਦ ਜੇਕਰ ਆਪਾਂ ਇਹ ਇਹਨੂੰ ਦੇਖੀਏ ਧਿਆਨ ਨਾਲ ਤਾਂ ਇਹ ਆਪਣੇ ਕੋਲ ਜਿਹੜਾ ਇਹ ਉੱਪਰ ਵੱਲ ਬਣੀ ਹੋਈ ਹੈ ਤੇ ਇਹ ਸਾਰਿਆਂ ਦੇ ਵਿੱਚ ਇਦਾਂ ਹੀ ਬਣੀ ਬਣੀ ਹੋਣੀ ਚਾਹੀਦੀ ਹੈ ਠੀਕ ਇਹਦਾ ਬੇਸ ਥੱਲੇ ਹੀ ਹੋਣਾ ਚਾਹੀਦਾ ਇਹ ਕਦੀ ਵੀ ਪੁੱਠੀ ਨਹੀਂ ਹੋਊਗੀ ਤੇ ਦਾ ਮਤਲਬ ਇਹ ਆਪਸ਼ਨ ਵੀ ਆਪਣੇ ਕੋਲੇ ਰੋਂਗ ਹੋ ਜਾਊਗਾ ਕਿਉਂਕਿ ਇਹਦੀ ਅੰਦਰ ਜਿਹੜੀ ਆਪਾਂ ਦੇਖੀਏ ਧਿਆਨ ਨਾਲ ਤੇ ਥੱਲੇ ਵੱਲ ਬਣੀ ਹੋਈ ਹੈ ਇਹ ਚੇਂਜ ਨਹੀਂ ਹੋਊਗੀ ਕਦੇ ਵੀ ਤੇ ਇਹ ਆਪਸ਼ਨ ਵੀ ਆਪਣੇ ਕੋਲੇ ਨਾ ਕਲੈਕਟ ਹੋ ਜਾਊਗਾ ਕਿਉਂਕਿ ਇਹਦੀ ਅੰਦਰ ਵੀ ਦੇਖੋ ਆਪਾਂ ਧਿਆਨ ਨਾਲ ਦੇਖਾਂਗੇ ਤੇ ਇਹ ਆਪਣੇ ਕੋਲੇ ਇਦਾਂ ਬਣ ਗਿਆ ਠੀਕ ਤਾਂ ਫਿਰ ਆਪਣੇ ਕੋ ਇਹ ਇਟ ਮੀਨਸ ਕਿ ਏ ਇਹ ਜਿਹੜਾ ਆਪਣੇ ਕੋਲ ਇਸ ਦਾ ਸਹੀ ਆਨਸਰ ਹੋਊਗਾ ਠੀਕ ਹੈ ਤਾਂ ਆਪਾਂ ਆਪਾਂ ਏ ਸਿਲੈਕਟ ਕਰ ਲਾਂਗੇ ਜੇਕਰ ਆਪਾਂ ਥੋੜੇ ਧਿਆਨ ਦੇ ਨਾਲ ਪੇਸ਼ੈਂਸ ਦੇ ਨਾਲ ਇਹਨਾਂ ਚੀਜ਼ਾਂ ਨੂੰ ਸੋਲਵ ਕਰਾਂਗੇ ਤਾਂ ਬਹੁਤ ਹੀ ਆਦੇ ਸੌਖਾ ਨਹੀਂ ਹੁੰਦਾ ਬਹੁਤ ਹੀ ਆਦੇ ਇਜ਼ੀ ਹੁੰਦਾ ਵਾ ਤਾਂ ਮੈਂ ਲੈਫਟ ਰਾਈਟ ਕੇ ਇ ਚੇਂਜ ਹੋਊਗਾ ਦੇਖੋ ਜਿਹੜਾ ਥੱਲੇ ਆ ਇਹ ਉੱਪਰ ਚਲੇ ਜਾਊਗਾ ਬਸ ਹੋਰ ਕੋਈ ਫਰਕ ਨਹੀਂ ਪੈਣਾ ਇਹ ਤਾਂ ਵੈਸੇ ਹੀ ਕੱਟਿਆ ਗਿਆ ਕਿਉਂਕਿ ਦੋ ਲਾਈਨਾਂ ਤਾਂ ਆ ਨਹੀਂ ਸਕਦੀਆਂ ਹਨਾ ਤਾਂ ਜੇਕਰ ਆਪ ਉੱਪਰ ਦੇਖਿਓ ਸਿਰ ਬੀ ਆਪਸ਼ਨ ਦੇ ਅੰਦਰ ਹੀ ਆ ਇਹਨਾਂ ਦੋਨੋਂ ਦੇ ਵਿੱਚ ਥੱਲੇ ਹੀ ਆ ਇਟ ਮੀਨਸ ਕਿ ਇਹ ਆਪਣੇ ਕੋਲ ਕੀ ਹੋ ਜਾਊਗਾ ਇਨਕਰੈਕਟ ਆਨਸਰ ਹੋ ਜਾਊਗਾ ਠੀਕ ਆ ਤਾਂ ਮੈਂ ਤੁਹਾਨੂੰ ਇਹ ਦੱਸਿਆ ਸੀ ਕਿ ਜਿਹੜਾ ਲੈਫਟ ਆਉ ਰਾਈਟ ਹੋ ਜਾਂਦਾ ਹੁੰਦਾ ਨੇ ਰਾਈਟ ਹੋ ਲੈਫਟ ਹੋ ਜਾਂਦਾ ਹੁੰਦਾ ਬਾਕੀ ਕੋਈ ਵੀ ਚੇਂਜਸ ਨਹੀਂ ਆਉਂਦਾ ਹੁੰਦਾ ਬਾਕੀ ਸਾਰੇ ਦੇ ਸਾਰੇ ਐਜ਼ ਇਟ ਇਜ਼ ਆਉਣਗੇ ਠੀਕ ਆ ਬਾਕੀ ਕੋਈ ਚੇਂਜਸ ਨਹੀਂ ਹੋਊਗਾ ਲੈਫਟ ਰਾਈਟ ਬਣ ਜਾਊਗਾ ਰਾਈਟ ਆ ਜਿਹੜਾ ਲੈਫਟ ਬਣ ਜਾਊਗਾ ਤਾਂ ਸਹੀ ਆਨਸਰ ਆਪਣੇ ਕੋਲ ਕੀ ਆਸਤਾ ਹੋਊਗਾ ਬੀ ਇਜ਼ ਦਾ ਸਹੀ ਆਨਸਰ ਹੋਊਗਾ ਠੀਕ ਆ ਨੈਕਸਟ ਦੇਖਦੇ ਹਾਂ ਉਹ ਅ ਪੀਸ ਆਫ ਪੇਪਰ ਇਜ਼ ਫੋਲਡਡ ਐਂਡ ਕੱਟ ਐਜ਼ 기ਵਨ ਬਿਲੋ ਇੰਡੀਕੇਟ ਹਾਊ ਇਟ ਵਿਲ ਅਪੀਅਰ ਵੈਨ ਓਪਨਡ ਤੇ ਕਿੱਦਾਂ ਅਪੀਅਰ ਕਰੂਗਾ ਜਦੋਂ ਆਪਾਂ ਇਹਨੂੰ ਓਪਨ ਕਰਾਂਗੇ ਠੀਕ ਤੇ ਇਹਦੇ ਅੰਦਰ ਦੋ ਕੱਟ ਲੱਗੇ ਹੋਇਆ ਜਿਹੜੇ ਕੱਟ ਲੱਗੇ ਇਹਨੂੰ ਥੋੜਾ ਧਿਆਨ ਦੇ ਨਾਲ ਦੇਖੋ ਇਹ ਜਿਹੜੇ ਕੱਟ ਲੱਗੇ ਹੋਏ ਆ ਆਪਣੇ ਕੋਲੇ ਟ੍ਰਾਇੰਗਲ ਦੀ ਫਾਰਮ ਚ ਲੱਗੇ ਹੋਇਆ ਠੀਕ ਆ ਤੇ ਜੇ ਟ੍ਰਾਇੰਗਲ ਦੀ ਫਾਰਮ ਚ ਲੱਗੇ ਹੋਇਆ ਫਿਰ ਇਹ ਤਾਂ ਵੈਸੇ ਨਹੀਂ ਆਨਸਰ ਆ ਸਕਦਾ ਸੀ ਦਾ ਦੂਜੀ ਚੀਜ਼ ਇਹ ਆ ਕਿ ਆਪਾਂ ਇਹਨੂੰ ਕਿੰਨੇ ਪਾਰ ਦੇ ਅੰਦਰ ਕੱਟ ਕੀਤਾ ਦੇਖੋ ਥੋੜਾ ਧਿਆਨ ਦੇ ਨਾਲ ਨੋ ਇਸ ਦੋ ਪਾਰਟ ਵਿੱਚ ਕੀਤਾ ਆ। ਉਸ ਤੋਂ ਬਾਅਦ ਫਿਰ ਆਪਾਂ ਇਹਨੂੰ ਅੱਗੇ ਜਦੋਂ ਕੱਟ ਕੀਤਾ ਤਾਂ ਜਦੋਂ ਆਪਾਂ ਇਹਨੂੰ ਦੋ ਪਾਰਟ ਦੇ ਵਿੱਚ ਕਰ ਦਾਂਗੇ ਤਾਂ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਐਂ ਕੱਟ ਮਾਰਾਂਗੇ ਐਂ ਹੋ ਜਾਊਗਾ। ਫਿਰ ਇਹਦੇ ਉੱਪਰ ਜਦੋਂ ਆਪਾਂ ਕੱਟ ਮਾਰਾਂਗੇ ਇਸ ਚੀਜ਼ ਦੇ ਉੱਪਰ ਤਾਂ ਕਿਉਂਕਿ ਆਪਣੇ ਕੋਲ ਜਿਹੜੀ ਹੁਣ ਜਿਹੜੀ ਲਾਸਟ ਦੇ ਵਿੱਚ ਆਪਣੇ ਕੋਲ ਚੀਜ਼ ਬਚੀ ਆ ਉਹ ਆਪਣੇ ਕੋਲ ਇਹ ਬਚੀ ਹੋਈ ਆ ਇੰਨੀ। ਠੀਕ ਆ? ਤੇ ਇਹਦੇ ਅੰਦਰ ਆਪਾਂ ਕੱਟ ਮਾਰੀ ਹੋਇਆ ट्रायंगल ਦੇ ਐਸ ਸਾਈਡ ਦੇ ਵਿੱਚ ਆਇਂ ਜੇਕਰ ਦੇਖੀ ਮੈਂ ਹੋਰ ਕਲਰ ਨਮਾਦਾ ਇਦਾਂ। ਤੋਂ ਉਤਪਾਰ ਵੀ ਲੱਗਣਗੇ ਇੱਧਰ ਵੀ ਲੱਗਣਗੇ ਸਿਮਿਲਰਲੀ ਹਰ ਜਗ੍ਹਾ ਦੇ ਵਿੱਚ ਆ ਹੀ ਲੱਗਣਗੇ ਉਹ ਤਾਂ ਇਹਦਾ ਮਤਲਬ ਕੀ ਹੋ ਗਿਆ ਕਿ ਆਪਣੇ ਕੋਲ ਜਿਹੜੀਆਂ ट्रायंगलਜ਼ ਦੇ ਫੋਰ ਸਾਈਡਸ ਆਉਣਗੀਆਂ ਬਟ ਉਹ ਫੋਰ ਸਾਈਡਸ ਕਿੱਦਾਂ ਦੀਆਂ ਬਣਨੀਆਂ ट्रायंगल ਤਾਂ ਬਣ ਨਹੀਂ ਸਕਦੀ ਤਾਂ ਇਹ ਇਸ ਚੀਜ਼ ਆਪਣੇ ਕੋਲ ਡਾਇਗ੍ਰam 'ਚ ਬਣੂਗੀ ਠੀਕ ਹੈ ਇਹ ਨਹੀਂ ਆਜ਼ਾਦੀ ਕਾਦੋ ਕਿਉਂਕਿ ਚਾਰ ਹੀ ਆ ਬਟ ਇੱਥੇ ਚਾਰ ਨਹੀਂ ਇੱਥੇ ਆਪਣੇ ਕੋਲ ਬਣ ਗੀਆਂ ਯਾਦ ਇਹ ਠੀਕ ਹੈ ਕਿਉਂਕਿ ਆਪਣੇ ਕੋਲ ਜਿੰਨੀਆਂ ਲਾਈਨਸ ਬਣੀਆਂ ਹੋਈਆਂ ਹੋਣਗੀਆਂ ਉਹਨੀਆਂ ਬਣਨੀਆਂ ਤਾਂ ਲਾਈਨਸ 1 2 3 4 5 6 7 8 ਆਪਣੇ ਕੋਲ ਟੋਟਲ 8 ਬਣ ਰਿਹਾ ਹੈ 1 2 3 4 5 6 7 8 ਤੇ 8 ਇੱਥੇ ਬਣ ਰਿਹਾ ਹੈ ਮੀਨਸ ਕਿ A ਇਹ ਜਿਹੜਾ ਆਪਣੇ ਕੋਲਸ ਦਾ ਸਹੀ ਆਨਸਰ ਹੋਗਾ ਤੇ ਇਸ ਦਾ ਸਹੀ ਆਨਸਰ ਆਪਣੇ ਕੋਲ ਕੀ ਹੈ A ਆ ਠੀਕ ਹੈ ਨੈਕਸਟ ਆਪਸ਼ਨ ਦੇਖਦੇ ਹਾਂ ਇਹਦੇ ਅੰਦਰ ਥੋੜਾ ਜਿਹਾ ਬਲਰ ਆ ਤਾਂ ਦੇਖਣ 'ਚ ਥੋੜੀ ਪ੍ਰੋਬਲਮ ਆ ਰਹੀ ਹੈ ਬਟ ਇੱਥੇ ਜੇਕਰ ਆਪਾਂ ਘਾਟ ਦੇਖੀਏ ਕਾਰਟੋਨ ਨੇ ਸਿਰਫ ਇਸ ਜਗ੍ਹਾ ਦੇ ਉੱਪਰ ਲਾਇਆ ਹੈ ਸੈਂਟਰ ਦੇ ਵਿੱਚ ਇਹਦਾ ਮਤਲਬ ਕਿ ਡਾਇਗਰਾਮ ਜੇਕਰ ਦੇਖੀਏ ਤਾਂ ਸੈਂਟਰ ਦੇ ਵਿੱਚ ਹੀ ਬਣੂਗੀ ਠੀਕ ਹੈ ਬਾਹਰ ਤੱਕ ਇਹਦੇ ਬਣਨੀ ਨਹੀਂ ਤਾਂ ਉਹ ਵੀ ਜੇਕਰ ਆਪਾਂ ਦੇਖੀਏ ਤਾਂ ਉਹ ਕੱਟ ਉਨੇ ਹੀ ਬਣੇ ਹੋਏ ਆ ਜਿੰਨੇ ਪਹਿਲਾਂ ਬਣੇ ਹੋਏ ਸੀ ਤਾਂ ਜੇ ਉਨੇ ਹੀ ਕੱਟ ਬਣੇ ਹੋਏ ਆ ਜਿੰਨੇ ਪਹਿਲਾਂ ਬਣੇ ਹੋਏ ਸੀ ਤਾਂ ਇਹ ਕੱਟ ਨਹੀਂ ਮੈਨੂੰ ਥੋੜਾ ਕਲੀਅਰ ਹੋ ਰਿਹਾ ਇੱਥੋਂ ਦੇਖੋ ਇਹ ਵੀ ਨਹੀਂ ਆਨਸਰ ਆ ਸਕਦਾ ਇਹ ਵੀ ਆਨਸਰ ਨਹੀਂ ਆ ਸਕਦਾ ਇਹ ਤਾਂ ਦੋਨੇ ਕੱਟੇ ਗਏ ਹੁਣ ਆਪਣੀ ਕਨਫਿਊਜ਼ਨ ਹੈ ਜਾਂ ਇਹਦੇ ਵਿੱਚ ਹੈ ਜਾਂ ਇਹਦੇ ਵਿੱਚ ਹੈ ਇਹ ਵੀ ਨਹੀਂ ਆਨਸਰ ਆ ਸਕਦਾ ਕਾਹ ਤੋਂ ਨਹੀਂ ਆ ਸਕਦਾ ਕਿਉਂਕਿ ਦੇਖੋ ਜਦੋਂ ਆਪਾਂ ਕੱਟ ਮਾਰਾਂਗੇ ਤਾਂ ਲਾਸਟ ਵਿੱਚ ਆਪਣੇ ਕੋਲ ਜਿਹੜਾ ਉੱਪਰ ਆਪਾਂ ਡਾਇਗਰਾਮ ਦੇਖੀਏ ਤਾਂ ਉਹ ਆਪਣੇ ਕੋਲ ਸਿਰਫ ਇੰਨੀ ਜਗ੍ਹਾ ਹੀ ਬਚਣੀ ਇਹ ਇਹ ਡਾਇਗਰਾਮ ਇਦਾਂ ਬਣਨੀ ਹੈ ਇਹਦੇ ਅੰਦਰ ਜਿਹਦੇ ਅੰਦਰ ਆਇਆ ਕੱਟ ਲੱਗਾ ਇਟ ਮੀਨਸ ਕਿ ਇਹ ਤਾਂ ਫਿਰ ਬਿਲਕੁਲ ਨਹੀਂ ਆ ਸਕਦਾ ਕਿਉਂਕਿ ਇਹਦੇ ਅੰਦਰ ਦੇਖੋ ਸਿੱਧੀ ਲਾਈਨ ਲੱਗੀ ਹੋਈ ਹੈ ਸਿੱਧੀ ਤਾਂ ਕਦੇ ਨਹੀਂ ਆ ਸਕਦੀ ਤਾਂ ਮਤਲਬ b ਆ ਜਿਹੜਾ ਉਹ ਹੀ ਆਪਣੇ ਕੋਲ ਸਹੀ ਆਨਸਰ ਹੋਊਗਾ b ਇਸ ਦਾ கரੈਕਟ ਆਨਸਰ ਹੋਗਾ ਬਾਕੀ ਮੈਨੂੰ ਇਮੇਜ ਥੋੜੀ ਕਲੀਅਰ ਨਹੀਂ ਦਿਖ ਰਹੀ ਜਿਹਦੇ ਕਰਕੇ ਸ਼ਾਇਦ ਕੋਈ ਕਨਫਿਊਜ਼ਨ ਹੋ ਸਕਦੀ ਬਟ b ਇਸ ਦਾ ਬਿਲਕੁਲ ਸਹੀ ਆਨਸਰ ਹੋਊਗਾ ਇਨ ਦੀ ਫੋਲੋਇੰਗ ਫਿਗਰ ਅਰੇਂਜਡ ਅਕੋਰਡਿੰਗ ਟੂ ਰੋ ਵਾਈਜ਼ অর ਕਾਲਮ ਵਾਈਜ਼ ਫਾਈਂਡ ਦੀ ਮਿਸਿੰਗ ਫਿਗਰ ਇਥੇ ਮਿਸਿੰਗ ਫਿਗਰ ਫਾਈਂਡ ਆਊਟ ਕਰਨੀ ਕਿਹੜੀ ਆਊਗੀ ਠੀਕ ਹੈ arranged arranged as according to row wise or column wise ਇਥੇ ਜੇਕਰ ਆਪਾਂ ਦੇਖੀਏ ਤਾਂ ਦੇਖੋ ਫਸਟ ਵਿੱਚ ਆਪਣੇ ਕੋਲੇ 1 ਲਖਿਆ ਫਿਰ ਆਪਣੇ ਕੋਲੇ 2 ਆ ਫਿਰ ਆਪਣੇ ਕੋਲੇ 3 ਆ ਜੇਕਰ ਆਪਾਂ ਇਸ ਪੋਜੀਸ਼ਨ ਦੇ ਉੱਪਰ ਦੇਖੀਏ ਤਾਂ ਵੈਸੇ ਆਪਣੇ ਕੋਲੇ 4 ਆਉਣੇ ਚਾਹੀਦੇ ਆ ਟੋਟਲ ਹੈਨਾ 4 ਹੀ ਆਉਣੇ ਚਾਹੀਦੇ ਤਾਂ 4 ਆਪਣੇ ਕੋਲੇ ਬੀ ਦੇ অপਸ਼ਨ ਦੇ ਅੰਦਰ ਅਵੇਲੇਬਲ ਆ ਤਾਂ ਇਸ ਦਾ ਆਨਸਰ ਆਈ ਥਿੰਕ ਕਿ ਬੀ ਹੋਊਗਾ ਬਟ ਮੈਂ ਫਿਰ ਵੀ ਇਸ ਨੂੰ ਇੱਕ ਵਾਰ ਚੈੱਕ ਕਰਾਂਗਾ ਚੈੱਕ ਕਰਨ ਤੋਂ ਬਾਅਦ ਤੁਹਾਨੂੰ ਦੱਸਾਂਗਾ ਕਿਉਂਕਿ ਮੈਂ ਵੀਡੀਓ ਲਾਈਵ ਬਣਾ ਰਿਹਾ ਹਾਂ ਆ ਇਹਦੇੰਦਰ ਮੈਨੂੰ ਥੋੜਾ ਸੋਚਣ ਲਈ ਜ਼ਿਆਦਾ ਟਾਈਮ ਨਹੀਂ ਮਿਲ ਰਿਹਾ ਤਾਂ ਬੀ ਆਪਸ਼ਨ ਨੂੰ ਮੈਂ ਮੰਨ ਕੇ ਚੱਲੂਗਾ ਬਟ ਇਸ ਦਾ ਅਨਸਰ ਇੱਕ ਵਾਰ ਆਪਾਂ ਚੈੱਕ ਜ਼ਰੂਰ ਕਰਾਂਗੇ ਠੀਕ ਆ ਚਲੋ ਅੱਗੇ ਦੇਖਦੇ ਆ ਅੱਗੇ ਹੈਗਾ ਆਪਣੇ ਕੋਲੇ ਇਹਨੂੰ ਜੇਕਰ ਆਪਾਂ ਥੋੜਾ ਧਿਆਨ ਦੇ ਨਾਲ ਦੇਖੀਏ ਤਾਂ ਇੱਥੇ ਆਪਣੇ ਕੋਲ ਇੱਥੇ ਦੇਖੋ ਮੈਂ ਥੋੜਾ ਇਹਨੂੰ ਜ਼ੂਮ ਕਰਕੇ ਬਣਾਉਣ ਦੀ ਕੋਸ਼ਿਸ਼ ਕਰਦਾ ਦੇਖੋ ਇਹ ਚੀਜ਼ ਹੈ ਜਿਹੜੀ ਆਪਣੇ ਕੋਲੇ AIC ਤੇ ਇਹਦੇ ਵਿੱਚੋਂ ਆਹ ਜਿਹੜੀ ਚੀਜ਼ ਇਹਨੂੰ ਕੱਟ ਦਿੱਤਾ ਗਿਆ ਇਹ ਚੀਜ਼ ਨੂੰ ਕੱਟਤਾ ਤਾਂ ਆਪਣੇ ਕੋਲ ਇਕੱਲੀ ਉੱਪਰ ਵਾਲੀ ਚੀਜ਼ ਬਚ ਗਈ ਸਿਰਫ ਆ ਠੀਕ ਹੈ ਸਿਮਿਲਰਲੀ ਇਹਨੂੰ ਜੇ ਅੱਪਰ ਆਪਾਂ ਦੇਖੀਏ ਰ ਇਹਦੇ ਵਿੱਚ ਵੀ ਉਹ ਚੀਜ਼ ਕੱਟੀ ਹੋਊਗੀ ਦੂਸਰੀ ਸਾਈਡ ਵਾਲੀ ਤਾਂ ਫਿਰ ਇਹਦੇ ਉੱਪਰ ਆਏ ਆਪਣੇ ਕੋਲੇ ਬਣਿਆ ਹੋਣਾ ਚਾਹੀਦਾ ਇਹ ਸਾਈਡ ਦੇ ਉੱਪਰ ਇੱਥੇ ਤਾਂ ਇਹ ਆਪਸ਼ਨ ਆਪਣੇ ਕੋਲੇ ਕਿੱਥੇ ਅਵੇਲੇਬਲ ਹੈ ਇਹ ਆਪਸ਼ਨ ਆਪਣੇ ਕੋਲੇ ਅਵੇਲੇਬਲ ਹੈ ਸੀ ਦੇ ਵਿੱਚ ਇਟ ਮੀਨਸ ਕਿ ਸੀ ਆ ਜਿਹੜਾ ਸਦਾ ਕਰੈਕਟ ਆਨਸਰ ਹੋਊਗਾ ਠੀਕ ਹੈ ਸਿਮਿਲਰਲੀ ਇਹਨੂੰ ਵੀ ਜੇਕਰ ਆਪਾਂ ਦੇਖੀਏ ਤਾਂ ਥੋੜਾ ਦੇਖੀਏ ਤਾਂ ਉਹਦੇ ਅੱਗੇ ਪਿੱਛੇ ਲੱਗੇ ਹੋਇਆ ਤੇ ਇਹ ਆਪਸ਼ਨ ਦੇ ਅੰਦਰ ਇਸ ਦੇ ਅਕੋਰਡਿੰਗ ਤਾਂ ਫਿਰ ਇੱਕ ਇਹ ਲੌਜੀਕ ਬਣਦਾ ਕਿ ਜਿਵੇਂ ਦੇਖੋ ਆਪਣੇ ਕੋਲ ਇੱਥੇ ਇਥੇ ਆਪਣੇ ਕੋਲੇ 1 ਐਂਡ 1 ਨੂੰ ਆਪਾਂ 3 ਬਣਾਇਆ ਤਾਂ ਮਤਲਬ ਦੋ ਐਡ ਕੀਤੇ ਆ ਸਿਮਿਲਰਲੀ ਇਥੇ ਦੋ ਐਡ ਕਰਾਂਗੇ ਤਾਂ 6 ਆਪਾਂ ਆਪਸ਼ਨ ਵੀ ਆ ਸਕਦਾ 6 ਆਪਸ਼ਨ ਵੀ ਆਪਣੇ ਕੋਲੇ ਪੋਸੀਬਲ ਹੋ ਸਕਦਾ ਠੀਕ ਆ 4th ਵੀ ਹੋ ਜਾ ਸਕਦਾ 6th ਐਂਡ 4th ਦੇ ਅੰਦਰ ਮੈਨੂੰ ਥੋੜੀ ਕਨਫਿਊਜ਼ਨ ਆ ਇੱਥੇ 6 ਐਂਡ 4th ਦੇ ਵਿੱਚੋਂ ਕੀ ਆਪਸ਼ਨ ਆਊਗਾ ਚਲੋ ਆਪਾਂ ਇੱਕ ਵਾਰ ਛੱਡਦੇ ਆ ਕਿਉਂਕਿ ਟਾਈਮ ਆਪਾਂ ਯਾਦੇ ਵੇਸਟ ਨਹੀਂ ਕਰਦੇ ਨੈਕਸਟ ਦੇਖਦੇ ਆ ਇਹ ਤਾਂ ਬਹੁਤ ਹੀ ਆਦੀ ਈਜ਼ੀ ਹੁੰਦਾ ਦੇਖੋ ਇਹਨੂੰ ਤਾਂ ਆਪਾਂ ਕੰਪਲੀਟ ਹੀ ਕਰਨਾ ਹੁੰਦਾ ਜੇਕਰ ਆਪਾਂ ਇਹਨੂੰ ਕੰਪਲੀਟ ਕਰੀਏ ਤੇ ਇੱਥੋਂ ਆਪਣੇ ਕੋਲ ਸਰਕਲ ਆ ਜਾਊਗਾ ਠੀਕ ਸਰਕਲ ਬਣ ਕੇ ਉਸ ਤੋਂ ਬਾਅਦ ਆਪਣੇ ਕੋਲ ਬਣੀ ਹੋਈ ਹੈ ਟ੍ਰਾਇੰਗਲ ਜੀ ਥੋੜੀ ਬਣੀ ਹੋਈ ਹੈ ਜੇ ਆਪਾਂ ਇਹਨੂੰ ਦੇਖੀਏ ਤਾਂ ਇਦਾਂ ਇਹ ਜੀ ਠੀਕ ਆ ਤਾਂ ਆਪਣੇ ਕੋਲ ਕੀ ਆਪਸ਼ਨ ਏ ਆਪਸ਼ਨ ਦੇ ਵਿੱਚ ਆਪਾਂ ਦੇਖ ਲਾਂਗੇ ਕਿ ਇਹ ਆਪਣੇ ਕੋਲ ਕਿੱਥੇ ਬਣੀ ਹੋਈ ਹੈ ਠੀਕ ਤਾਂ ਜੇਕਰ ਆਪਾਂ ਇਹ ਸੇਮ ਚੀਜ਼ ਦੇਖੀਏ ਇੱਥੇ ਆਪਣੇ ਕੋਲ ਲਾਈਨ ਸਿੱਧੀ ਬਣੀ ਹੋਈ ਹੈ ਇਹ ਵੀ ਅਨਸਰ ਨਹੀਂ ਆ ਸਕਦਾ ਠੀਕ ਆ ਤਾਂ ਇਹਨਾਂ ਦੋਨਾਂ ਦੇ ਵਿੱਚ ਆਪਣੇ ਕੋਲ ਕਨਫਿਊਜ਼ਨ ਹੋ ਸਕਦੀ ਬੱਤੇ ਯਾਦ ਰੱਖੋ ਇਹ ਵੀ ਆਨਸਰ ਨਹੀਂ ਹੋ ਸਕਦਾ ਇਹ ਵੀ ਨਹੀਂ ਹੋ ਸਕਦਾ ਮਤਲਬ ਬੀ ਆ ਜਿਹੜਾ ਆਪਣੇ ਕੋਲ ਇੱਥੇ ਕੀ ਹੈ கரੈਕਟ ਆਨਸਰ ਹੈ ਠੀਕ ਹੈ ਤਾਂ ਕੰਪਲੀਟ ਹੀ ਕਰਨਾ ਹੁੰਦਾ ਐਂਡ ਬਹੁਤ ਹੀ ਈਜ਼ੀ ਹੁੰਦਾ ਸਿਮਿਲਰਲੀ ਜੇਕਰ ਆਪਾਂ ਇੱਥੋਂ ਦੇਖੀਏ ਤਾਂ ਇੱਥੇ ਆਪਣੇ ਕੋਲੇ 3 ਲਾਈਨਸ ਹੋਣਗੀਆਂ ਪਹਿਲਾਂ 1 2 3 ਠੀਕ ਹੈ ਫਿਰ ਉੱਪਰ ਵਾਲੀ ਲਾਈਨ ਨੂੰ ਜੇਕਰ ਆਪਾਂ ਲੈ ਕੇ ਜਾਵਾਂਗੇ ਥੱਲੇ ਐਂਡ ਇਹ ਲਾਈਨ ਨੂੰ ਲੈ ਕੇ ਜਾਵਾਂਗੇ ਤਾਂ ਆਪਣੇ ਕੋਲ ਕੀ ਆ ਜਾਊਗਾ ਥੱਲੇ 3 ਲਾਈਨਸ ਐਂਡ ਉੱਪਰੋਂ ਆਪਣੇ ਕੋਲੇ 2 ਲਾਈਨਸ ਆਣਗੀਆਂ ਠੀਕ ਹੈ ਤਾਂ ਇਹੀ ਇੱਥੇ ਆਪ ਤਾਂ bc ਹੀ ਆਪਸ਼ਨ ਦੇ ਅੰਦਰ ਆਪਣੇ ਕੋਲ अवेलेबल ਹੈ ਤਾਂ c ਆ ਜਿਹੜਾ ਇਸ ਦਾ ਕਿ ਹੋਗਾ கரੈਕਟ ਆਨਸਰ ਹੋਊਗਾ ਠੀਕ ਹੈ ਵੀਡੀਓ ਜੇਕਰ ਮੇਰੀ ਵਿੱਚੋਂ ਬੰਦ ਹੋ ਜਾਂਦੀ ਹੈ ਤਾਂ ਮੈਂ ਜਿੰਨੀ ਵੀਡੀਓ ਬਣੀ ਹੋਣੀ ਹੈ ਅਪਲੋਡ ਕਰ ਦਾਂਗਾ ਜੇਕਰ ਕੰਪਲੀਟ ਪੂਰੀ ਹੋ ਜਾਂਦੀ ਹੈ ਤਾਂ ਫਿਰ ਵੈਲੰਗੋ ਠੀਕ ਹੈ ਫਿਰ ਤਾਂ ਵਧੀਆ ਗੱਲ ਆ x is embedded in any of the four alternative figures a b c d find the alternative which contain x ਤਾਂ ਉਹ ਕਹਿੰਦੀ ਵੀ ਜਿਹੜੀ ਤੁਹਾਡੇ ਕੋਲ ਆ ਡਾਇਗਰਾਮ ਆ ਇਹ ਕਿਹੜੀ ਫਿਗਰ ਦੇ ਵਿੱਚ ਆ ਉਹ ਫਾਈਂਡ ਆਊਟ ਕਰੋ ਕਿਹੜੀ ਫਿਗਰ ਦੇ ਵਿੱਚ ਬਣੀ ਹੋਈ ਆ ਜੇਕਰ ਆ ਫਿਗਰ ਦੀ ਗੱਲ ਕਰੀਏ ਦੇਖੋ ਇੱਥੇ ਆਪਣੇ ਕੋਲ ਇਹ ਚੀਜ਼ ਤਾਂ ਬਣੀ ਹੋਈ ਹੈ ਬਟ ਇਥੇ ਲਾਈਨ ਨਹੀਂ ਲੱਗੀ ਇਟ ਮੀਨਸ ਕੀ ਇਹਦਾ ਆਨਸਰ ਆਪਣੇ ਕੋਲ ਨਹੀਂ ਹੋ ਸਕਦਾ ਠੀਕ ਹੈ ਜੇਕਰ ਆਪਾਂ ਬਾਕੀ ਦੀਆਂ ਫਿਗਰਸ ਨੂੰ ਥੋੜਾ ਧਿਆਨ ਦੇ ਨਾਲ ਦੇਖੀਏ ਤਾਂ ਬਾਕੀ ਫਿਗਰਸ ਦੇ ਵਿੱਚ ਆਪਣੇ ਕੋਲ ਜੇਕਰ ਇੱਥੇ ਦੇਖੀਏ ਤਾਂ ਇਸ ਫਿਗਰ ਦੇ ਵਿੱਚ ਆਪਣੇ ਕੋਲ ਇਦਾਂ ਬਣਿਆ ਹੋਇਆ ਹੈ ਇਹਨੇ ਥੱਲੇ ਇਹ ਬਣੀ ਹੋਈ ਹੈ ਠੀਕ ਹੈ ਇਹ ਵੀ ਆਪਣੇ ਕੋਲ ਆਪਸ਼ਨ ਦੇ ਅੰਦਰ ਅਵੇਲੇਬਲ ਨਹੀਂ ਕਿਉਂਕਿ ਇਹ ਵੀ ਨਹੀਂ ਇੱਥੇ ਬਣੀ ਹੋਈ ਠੀਕ ਜੇਕਰ ਆਪਾਂ ਇਹਨੂੰ ਏ ਥੋੜਾ ਜਿਹਾ ਅੱਗੇ ਦੇਖੀਏ ਇਹ ਚੀਜ਼ ਨੂੰ ਦੇਖੀਏ ਤਾਂ ਇੱਥੇ ਦੇਖੋ ਮੇਰੇ ਕੋਲ ਇਹ ਡ ਠੀਕ ਹੈ ਤਾਂ ਇਹ ਆਪਣੇ ਕੋਲੇ অপਸ਼ਨ ਸੀ ਦੇ ਵਿੱਚ ਅਵੇਲੇਬਲ ਹੋ ਸਕਦੀ ਬਟ ਆਪਾਂ ਇੱਕ ਵਾਰ ਚੈੱਕ ਕਰਾਂਗੇ ਬਾਕੀਆਂ ਦੇ ਵਿੱਚ ਵੀ ਕੀ ਕੀਤੇ ਹੋਰ ਤਾਂ ਨਹੀਂ ਅਵੇਲੇਬਲ ਜਾਂ ਕਿਤੇ ਹੋਰ ਹੈਗੀ ਤਾਂ ਫਿਰ ਉਹ ਵੱਖਰੀ ਗੱਲ ਆ ਤਾਂ ਆਈ ਥਿੰਕ ਕਿ ਇਹ ਸੀ ਦੇ ਅੰਦਰ ਹੀ ਅਵੇਲੇਬਲ ਹੋਰ ਕਿਤੇ ਨਹੀਂ ਤਾਂ ਇਹ ਸੀ ਹੈ ਜਿਹੜਾ ਕਿ ਉਹ ਗੈਸ ਦਾ ਕਰੈਕਟ ਆਨਸਰ ਹੋਊਗਾ ਠੀਕ ਚਲੋ ਅੱਗੇ ਦੇਖਦੇ ਹਾਂ ਤਾਂ ਆਪਾਂ ਫਿਗਰ ਦੇਖਣੀ ਹੈ ਕਿਹਦੇ ਕਿਹੜੀ ਫਿਗਰ ਦੇ ਅੰਦਰ ਇਹ ਆਪਣੇ ਕੋਲੇ ਪ੍ਰੈਜ਼ੈਂਟ ਹੈ ਇਹ ਤਾਂ ਫਿਰ ਆਪਣੇ ਕੋਲੇ ਏ ਦੇ ਵਿੱਚ ਕਲੀਅਰਲੀ ਦਿਖ ਰਿਹਾ ਵਾ ਦੇਖੋ ਆਪਣੇ ਕੋਲ y a ਨੂੰ ਜੇਕਰ ਆਪਾਂ ਇਹਦੇ ਨਾਲ ਕੰਪੇਅਰ ਕਰਾਂਗੇ ਤਾਂ a ਦੇ ਵਿੱਚ ਕਲੀਅਰਲੀ ਆਪਣੇ ਕੋਲ ਦਿਖ ਰਿਹਾ ਠੀਕ ਹੈ ਇੱਥੇ ਬਣੀ ਹੋਈ ਹੈ ਫਿਗਰ ਹਨਾ ਇਹਦਾ ਮਤਲਬ a ਕੀ ਹੋਊਗਾ ਇਸਦਾ கரੈਕਟ ਆਨਸਰ ਹੋਊਗਾ ਠੀਕ ਹੈ ਬਾਕੀਆਂ ਦੇ ਵਿੱਚ ਤਾਂ ਵਸੇ ਹੈ ਹੀ ਨਹੀਂ ਦੇਖੋ ਨਹੀਂ ਰਹੀ ਫਾਈਂਡ ਦੀ ਨੰਬਰ ਆਫ ਅ ਟ੍ਰਾਇੰਗਲ ਇਨ ਦੀ 기ਵਨ ਫਿਗਰ ਆਪਣੇ ਕੋਲ 기ਵਨ ਫਿਗਰ ਦੇ ਵਿੱਚ ਨੰਬਰ ਆਫ ਅ ਟ੍ਰਾਇੰਗਲਸ ਕੈਲਕੂਲੇਟ ਕਰਨਾਸਤੇ ਕਿਹਾ ਕਿੰਨੀਆਂ ਹੋਣਗੀਆਂ ਤਾਂ ਸਿੰਪਲ ਆਪਾਂ ਇਹਦਾ ਫਾਰਮੂਲੇ ਦੇ ਨਾਲ ਸੋਲਵ ਕਰ ਲਾਂਗੇ ਦੇਖੋ ਇਹਦਾ ਫਾਰਮੂਲਾ ਕੀ ਹੁੰਦਾ 4n 3 ਤੋਂ 4n 3 ਇਹ ਆਪਣੇ ਕੋਲ ਫਾਰਮੂਲਾ ਹੁੰਦਾ ਐਕਚੁਅਲ ਦੇ ਵਿੱਚ ਕਿੰਨੇ ਕਿੰਗਾ ट्रायंगल ਇੱਥੇ ਐਨ ਦਾ ਮਤਲਬ ਕਿੰਨੇ ਕਿੰਗਾ ਦੇਖੋ ਇੱਕ ਤਾਂ ट्रायंगल ਆਪਣੇ ਕੋਲ ਇਹ ਬਣ ਗਈ ਦੂਸਰੀ ट्रायंगल ਜੇਕਰ ਆਪਾਂ ਦੇਖੇ ਤਾਂ ਉਹ ਆਪਣੇ ਕੋਲ ਇਹ ਬਣ ਗਈ ਐਕਚੁਅਲ ਦੇ ਵਿੱਚ ਤਾਂ ਦੋ ਹੀ ट्रायंगल ਹਨ ਤਾਂ ਫਿਰ ਤੇ 2 ਪੁੱਟ ਕਰ ਦਾਂਗੇ ਤਾਂ ਆਪਣੇ ਕੋਲ ਕੀ ਬਣ ਜਾਊਗਾ 4 2 3 ਤਾਂ 4 2 ਕਿੰਨਾ ਹੋ ਗਿਆ ਆਪਣੇ ਕੋਲ 8 8 3 ਆਪਣੇ ਕੋਲ ਆਨਸਰ ਕਿੰਨਾ ਆ ਗਿਆ 5 ਤਾਂ ਆਨਸਰ ਆਪਣੇ ਕੋਲ ਕੀ ਆ ਜਾਊਗਾ 5 ਬੇਸੇ ਵੀ ਆਪਾਂ ਦੇਖੀਏ ਤੇ ਇੱਕ ट्रायंगल ਆਪਣੇ ਕੋਲ ਵੱਡੀ ਬਣ ਗਈ ਉਸ ਤੋਂ ਬਾਅਦ 1 ਉਸ ਤੋਂ ਬਾਅਦ 2 ਉਸ ਤੋਂ ਬਾਅਦ 3 ਫਿਰ 4 ਐਂਡ 5 ਤਾਂ 5 ਆਪਣੇ ਕੋਲ ਟੋਟਲ ट्रायंगल ਬਣਨਗੇ ਤਾਂ ਆਨਸਰ ਕੀ ਆ ਜਾਊਗਾ ਆਪਣੇ ਕੋਲ 5 ਠੀਕ ਹੈ ਤਾਂ 5 ਇਹਦਾ ਕੀ ਹੋਊਗਾ ਐਗਜ਼ੈਕਟ ਆਨਸਰ ਹੋਊਗਾ ਠੀਕ ਹੈ ਨੈਕਸਟ ਜਿਹੜਾ ਆਪਾਂ ਕੁਐਸਚਨ ਦੇਖੀਏ 4 ਪੋਜੀਸ਼ਨ ਆਫ ਅ ਡਾਈਸ ਆਰ ਸ਼ੋਨ ਵਿਚ गिवन ਵਿਚ ਨੰਬਰ ਇਜ਼ ਅਪੋਜ਼ਿਟ ਟੂ 3 3 ਦੇ ਅਪੋਜ਼ਿਟ ਕਿਹੜਾ ਨੰਬਰ ਆ ਦੇਖੋ ਇੱਥੇ ਸਭ ਤੋਂ ਪਹਿਲਾਂ ਤਾਂ ਆਪਾਨੂੰ ਨਾਲ-ਨਾਲ ਨੰਬਰ ਸਾਰੇ ਦੇਖਣੇ ਪੈਣੇ ਆ ਕਿਹੜੇ-ਕਿਹੜੇ ਇੱਕ ਦੂਜੇ ਦੇ ਨੰਬਰ ਬਿਲਕੁਲ ਨੇੜੇ ਆ ਦੇਖੋ ਜਿਹੜਾ 3 ਆ ਉਹ 5 ਦੇ ਨਾਲ ਐਂਡ 5 ਦੇ ਨਾਲ 3 ਆ ਜਿਹੜਾ ਉਹ 6 ਦੇ ਵੀ ਬਿਲਕੁਲ ਨਾਲ ਆ ਮਤਲਬ ਕਿ ਐਡਜਸੈਂਟ ਆ ਇਹਦਾ ਮਤਲਬ ਕਿ 3 ਆਨਸਰ ਨਹੀਂ ਹੋ ਸਕਦਾ 3 ਦਾ ਜਿਹੜਾ ਉਹ 5 ਐਂਡ 6 ਦਾ ਆਨਸਰ ਤਾਂ ਹੋ ਨਹੀਂ ਇਦੋਂ ਅੰਦਰ 6 ਅਨਸਰ ਦਿੱਤਾ ਬਿਲਕੁਲ ਨੀਵਾਂ ਸਾਦਾ ਠੀਕ ਹੁਣ ਜੇਕਰ ਆਪਾਂ ਥੋੜਾ ਅੱਗੇ ਦੇਖੀਏ ਜਿਹੜੇ ਨੰਬਰ ਆਪਣੇ ਕੋਲੇ 5 ਐਂਡ 6 ਦੇ ਐਡਜਸੈਂਟ ਹੋਣਗੇ 5 ਐਂਡ 6 ਦੋਨਾਂ ਦਾ ਐਡਜਸੈਂਟ ਹੋਊਗਾ ਉਹ ਨੰਬਰ ਆਪਣੇ ਕੋਲੇ ਇਥੇ ਪੋਸੀਬਲ ਚਾਂਸ ਆ ਕਿ ਉਹੀ ਨੰਬਰ ਆਪਣੇ ਕੋਲ ਆਵੇ ਕਿਵੇਂ ਦੇਖੋ ਧਿਆਨ ਦੇ ਨਾਲ 5 ਐਂਡ 6 ਆ ਜਿਹੜਾ ਉਹਦੇ ਐਡਜਸੈਂਟ ਨੰਬਰ 5 ਐਂਡ 6 ਦਾ ਐਡਜਸੈਂਟ ਨੰਬਰ 1 ਹੀ ਹੋਊਗਾ ਜਿਹੜਾ ਇਸਦੇ ਬਿਲਕੁਲ ਥੱਲੇ ਹੋਊਗਾ ਐਂਡ 5 ਐਂਡ 6 ਦਾ ਐਡਜਸੈਂਟ ਨੰਬਰ ਆਪਣੇ ਕੋਲੇ ਇੱਥੇ 4 ਆ ਰਿਹਾ 5 ਐਂਡ 6 ਦਾ ਐਡਜਸੈਂਟ ਨੰਬਰ ਆਪਣੇ ਕੋਲੇ ਇੱਥੇ ਧਿਆਨ ਦੇਣ ਵਾਲੀ ਗੱਲ ਕੀ ਆ ਦੇਖੋ ਧਿਆਨ ਦੇ ਨਾਲ ਜਿਹੜੀ ਮੈਂ ਗੱਲ ਸਮਝਾਉਣਾ ਚਾਹੁੰਦਾ 5 ਐਂਡ 6 ਦੋਨਾਂ ਦਾ ਅਡਜਸਨਟ ਨੰਬਰ ਦੋਨਾਂ ਦਾ ਜਿਹੜਾ ਸੇਮ ਅਡਜਸਨਟ ਨੰਬਰ ਆ ਉਹ ਆਪਣੇ ਕੋਲ 3 ਹੈ ਸਿਮੀਲਰਲੀ 5 ਐਂਡ 6 ਦਾ ਅਡਜਸਨਟ ਨੰਬਰ ਇੱਕ ਥੱਲੇ ਹੋਊਗਾ ਉਹ ਹੀ ਹੋਗਾ ਨਾ ਦੋਨਾਂ ਦਾ ਜਿਹੜਾ ਸੇਮ ਕਾਮਨ ਹੋਵੇ ਹੋਰ ਤਾਂ ਕੋਈ ਕਾਮਨ ਨੰਬਰ ਹੋ ਨਹੀਂ ਸਕਦਾ ਤਾਂ ਉਹ ਇੱਥੋਂ ਕਲੀਅਰ ਹੋ ਰਿਹਾ ਆਪਣੇ ਕੋਲ ਉਹ 4th ਹੈ ਥੀਟ ਮੀਨਸ ਕੀ ਆਨਸਰ ਆਪਣੇ ਕੋਲ ਕੀ ਆਜੂਗਾ 4 ਆਜੂਗਾ ਠੀਕ ਆ ਅੱਗੇ ਉਹਨਾਂ ਨੇ ਕੀ ਦਿੱਤਾ ਫਿਗਰ 4 ਹোলਡਸ ਸੇਮ ਰਿਲੇਸ਼ਨ ਵਿਦ ਫਿਗਰ 3 ਫਿਗ ਹੋਲਡਰ ਸੇਮ ਰਿਲੇਸ਼ਨ ਵਿਦ ਫਿਗਰ 3 ਐਸ ਫਿਗਰ 2 ਹੋਲਡਰ ਰਿਲੇਸ਼ਨ ਵਿਦ ਫਿਗਰ 1 ਐਚਾ ਠੀਕ ਹੈ ਤੋ ਕਹਿੰਦੇ ਕਿ ਇਹਨਾਂ ਦੋਨਾਂ ਦਾ ਰਿਲੇਸ਼ਨ ਆ ਫਸਟ ਐਂਡ ਸੈਕੰਡ ਦਾ ਸਿਮਿਲਰਲੀ ਥਰਡ ਐਂਡ ਫੋਰਥ ਦਾ ਵੀ ਕੋਈ ਨਾ ਕੋਈ ਰਿਲੇਸ਼ਨ ਆ ਤੋ ਦੱਸੋ ਕਿ ਆਪਣੇ ਕੋਲੇ ਕੀ ਰਿਲੇਸ਼ਨ ਆ ਉਹ ਫਾਈਂਡ ਆਊਟ ਕਰਕੇ ਦੱਸੋ ਆਪਸ਼ਨ ਤੇ ਜੇਕਰ ਆਪਾਂ ਰਿਲੇਸ਼ਨ ਦੀ ਗੱਲ ਕਰੀਏ ਤਾਂ ਜਿਹੜਾ ਆਪਣੇ ਕੋਲੇ ਲੈਫਟ ਹੈਂਡ ਸਾਈਡ ਰਾਈਟ ਹੈਂਡ ਸਾਈਡ ਵੱਲ ਮੁੜਿਆ ਹੋਇਆ ਸੀ ਉਹ ਥੱਲੇ ਜਾ ਕੇ ਲੈਫਟ ਹੈਂਡ ਸਾਈਡ ਵੱਲ ਹੋ ਗਿਆ ਐਂਡ ਇਧਰ ਆਪਣੇ ਕੋਲ ਜਿਹੜਾ ਲੈਫਟ ਹੈਂਡ ਸਾਈਡ ਸੀ ਰਾਈਟ ਹੈਂਡ ਸਾਈਡ ਵੱਲ ਹੋ ਗਿਆ ਮਤਲਬ ਲੈਫਟ ਵਾਲਾ ਰਾਈਟ ਵਾਲੇ ਪਾਸੇ ਚਲੇਗਾ ਰਾਈਟ ਵਾਲਾ ਲੈਫਟ ਵਾਲੇ ਪਾਸੇ ਚਲੇ ਗਿਆ ਇਹਦਾ ਚੀਜ਼ ਜੀ ਕਲੀਅਰ ਹੋ ਗਈ ਨਾ ਠੀਕ ਆ ਉੱਪਰ ਵਾਲਾ ਥੱਲੇ ਆ ਗਿਆ ਇਹ ਵੀ ਆਪਾਂ ਨੂੰ ਕਲੀਅਰ ਹੋ ਗਿਆ ਕਿ ਉੱਪਰ ਵਾਲਾ ਥੱਲੇ ਆ ਗਿਆ ਲੈਫਟ ਵਾਲਾ ਰਾਈਟ ਵਾਲੇ ਪਾਸੇ ਚਲੇ ਗਿਆ ਤਾਂ ਮਤਲਬ ਕਿ ਆ ਜਿਹੜੀ ਪੋਜੀਸ਼ਨ ਆਪਣੇ ਕੋਲ ਲੈਫਟ ਹੈਂਡ ਸਾਈਡ ਔਰ ਰਾਈਟ ਹੈਂਡ ਸਾਈਡ ਜਾਊਗੀ ਇੱਥੇ ਆਪਣੇ ਕੋਲ ਲੈਫਟ ਵਾਲੇ ਪਾਸੇ ਇਹ ਵੀ ਕੱਟੀ ਗਈ ਇੱਥੇ ਆਪਣੇ ਕੋਲ ਉੱਪਰ ਵਾਲੇ ਪਾਸੇ ਇਹ ਵੀ ਕੱਟੀ ਗਈ ਉੱਪਰ ਵਾਲੇ ਪਾਸੇ ਇਹ ਵੀ ਕੱਟੀ ਗਈ ਤਾਂ ਲੈਫਟ ਵਾਲੇ ਪਾਸੇ ਸਿਰਫ ਆਪਣੇ ਕੋਲ ਰਾਈਟ ਹੈਂਡ ਵਾਲੇ choose the correct water image of the given from the uh, four alternative a b c to oh kehnde alternative de vichon water image dasso kedi kedi banugi water image de andar eh cheez hundi ki jehda apna upar wala passo thalle chala janda hunda hai jehda thalle wala passo upar chala janda hunda hai baaki sariyan cheezan same hi rehndiyan hundiyan hai theek hai ta jeekar apa dekhiye ta eh upar wale thalle chala jayega thalle sariyan de vich hi gaya hoya eh apne kol jehdiyan cheezan eh upar chalni janngiyan theek hai ta eh sariyan sariyan cheezan upar chalni janngi upar ho hagi hagiyan va ਉਸ ਤੋਂ ਬਾਅਦ ਕੀ ਹੁੰਦਾ ਜੇ ਜੇ ਤੁਹਾਨੂੰ ਵਾਟਰ ਦੇ ਵਿੱਚ ਆਉਦੀ ਇਮੇਜ ਬਣਾਉਣੀ ਮੰਨ ਲਓ ਆਪਾਂ ਇੱਥੇ ਖੜੇ ਹੋਏ ਹਾਂ ਤਾਂ ਆਪਣੇ ਜਿਹੜੇ ਪੈਰ ਆ ਉਹ ਇਦਾਂ ਇਦਾਂ ਬਣਦੀ ਹੁੰਦੀ ਆਪਣੇ ਕੋਲ ਵਾਟਰ ਇਮੇਜ ਮਤਲਬ ਆਪਾਂ ਇਦਾਂ ਖੜੇ ਹੋਏ ਹਾਂ ਤਾਂ ਆਪਣੇ ਕੋਲ ਵਾਟਰ ਇਮੇਜ ਇਹ ਬਣੂਗੀ ਠੀਕ ਆ ਤਾਂ ਵਾਟਰ ਇਮੇਜ ਆਪਣੇ ਕੋਲ ਇਦਾਂ ਦੀ ਬਣੂਗੀ ਇਹਦਾ ਮਤਲਬ ਕਿ ਜਿਹੜੇ ਆਪਣੇ ਪੈਰ ਉਹ ਪੈਰਨਲ ਟੱਚ ਕਰਨਗੇ ਇਟ ਮੀਨਸ ਇਹ ਹੋ ਗਿਆ ਕਿ ਜਿਹੜੀ ਤੁਹਾਡੀ ਆ ਚੀਜ਼ ਆ ਇਹ ਚੀਜ਼ ਆ ਉਹ ਸਿਮਿਲਰਲੀ ਤੁਹਾਡੇ ਕੋਲੇ ਉਹਦੇ ਉਹਦੇ ਨਾਲ ਹੀ ਉੱਪਰ ਹੋਣੀ ਚਾਹੀਦੀ ਹੈ ਜਿਹੜੀ ਆਪਣੇ ਕੋਲੇ ਲਾਈਨ ਬਣੀ ਹੋਈ ਆ ਬੱਡੀ ਲਾਈਨ ਦੇ ਉੱਪਰ ਚਲੀ ਗਈ ਇਹਦਾ ਮਤਲਬ ਕਿ ਆਨਸਰ ਆਪਣੇ ਕੋਲ ਨਹੀਂ ਹੋ ਸਕਦਾ ਠੀਕ ਹੈ ਇਹ ਆਪਸ਼ਨ ਇਹ ਤਾਂ ਆਪਾਂ ਡਾਇਰੈਕਟਲੀ ਕੱਢ ਦਾਂਗੇ ਇਹਨਾਂ ਨੂੰ ਹੁਣ ਆਪਣੇ ਕੋਲ ਬਾਕੀ ਜਿਹੜੀਆਂ ਚੀਜ਼ ਫਿਗਰਸ ਆ ਉਹਦੇ ਅੰਦਰ ਦੇਖੋ ਇਹਦੇ ਅੰਦਰ ਆਪਣੇ ਕੋਲ ਜਿਹੜਾ ਐਰੋ ਉਹ ਇਸ ਸਾਈਡ ਤੇ ਹੈ ਇਹਦਾ ਬਾਹਰ ਵਾਲੇ ਪਾਸੇ ਹੈ ਐਂ ਇਹਦਾ ਵੀ ਬਾਹਰ ਵਾਲੇ ਪਾਸੇ ਹੈ ਠੀਕ ਹੈ ਜੇਕਰ ਆਪਾਂ ਇਹਨਾਂ ਨੂੰ B ਤੇ D ਨੂੰ ਦੇਖ ਕੇ ਧਿਆਨ ਦੇ ਨਾਲ ਇਹ ਤਾਂ ਬਿਲਕੁਲ ਸੇਮ ਹੈ ਇਹਦੇ ਅੰਦਰ ਤਾਂ ਕੋਈ ਫਰਕ ਨਹੀਂ ਤਾਂ ਮਤਲਬ ਦੋਨੇ ਆਨਸਰ ਤਾਂ ਹੋ ਨਹੀਂ ਸਕਦੇ ਆਪਸ਼ਨ ਆਪਣੇ ਕੋਲ ਇਹ ਹੀ ਬਚਿਆ ਇਹ ਸਹੀ ਹੋਊਗਾ ਕਾ ਤੋ ਕਿਉਂਕਿ ਜੇਕਰ ਆਪਾਂ ਇੱਥੋਂ ਧਿਆਨ ਦੇ ਨਾਲ ਦੇਖੀਏ ਵੀ ਤਾਂ ਤੇ ਸ਼ੈਡੋ ਆਪਣੇ ਕੋਲ ਇਸ ਸਾਈਡ ਵੱਲ ਹੀ ਬਣਨਾ ਚਾਹੀਦਾ ਸੀ ਠੀਕ ਹੈ ਤਾਂ ਇਹ ਆਪਣੇ ਕੋਲ ਕੀ ਹੋਊਗਾ ਇਸ ਦਾ ਸਹੀ ਆਨਸਰ ਹੋਊਗਾ A ਇਹਦਾ ਕੀ ਹੋਊਗਾ ਆਪਣੇ ਕੋਲ ਕਰੈਕਟ ਆਨਸਰ ਆਊਗਾ 30 ਤੇ ਦੇਖੀਏ ਜੇਕਰ ਫਰਮ ਦੀ ਅਮੰਗ ਫਿਗਰਸ A B C D ਸਿਲੈਕਟ ਅ ਫਿਗਰ ਵਿੱਚ ਸੈਟੀਸਫਾਈ ਦੀ ਸੇਮ ਕੰਡੀਸ਼ਨ ਆਫ ਅ ਪਲੇਸਮੈਂਟ ਆਫ ਅ ਡਾਟ ਇਨ ਦੀ ਗਿਵਨ ਫਿਗਰ ਫਰਮ ਦੀ ਅਮੰਗ ਫਿਗਰ A B C D ਸਿਲੈਕਟ ਅ ਫਿਗਰ ਵਿੱਚ ਸੈਟੀਸਫਾਈ ਦੀ ਸੇਮ ਕੰਡੀਸ਼ਨਸ ਆਫ ਅ ਪਲੇਸਮੈਂਟ ਅੱਛਾ ਉਹ ਕਹਿੰਦੇ ਵੀ ਡਾਟ ਆ ਜਿਹੜਾ ਇੱਥੇ ਕਿਹਦੇ ਕਿਹਦੇ ਵਿੱਚਕਾਰ ਪਿਆ ਹੋਇਆ ਦੇਖੋ ਜੇ ਡਾਟ ਦੀ ਗੱਲ ਕਰੀਏ ਤਾਂ ਡਾਟ ਆਪਣੇ ਕੋਲੇ ਇੱਕ ਤਾਂ ਸਰਕਲ ਦੇ ਵਿੱਚ ਪਿਆ ਹੋਇਆ ਇੱਕ ਆਪਣੇ ਕੋਲੇ ਟ੍ਰਾਇੰਗਲ ਦੇ ਵਿੱਚ ਪਿਆ ਹੋਇਆ ਠੀਕ ਹੈ ਇਹਨਾਂ ਦੋਨਾਂ ਦੇ ਵਿੱਚਕਾਰ ਆਪਣੇ ਕੋਲੇ ਡਾਟ ਪਿਆ ਜੇ ਆਪਾਂ ਸਕੁਅਰ ਦੀ ਗੱਲ ਕਰੀਏ ਤਾਂ ਸਕੁਅਰ ਤੋਂ ਬਾਹਰ ਪਿਆ ਹੋਇਆ ਸਕੁਅਰ ਦਾ ਕੋਈ ਰਿਲੇਸ਼ਨ ਨਹੀਂ ਡਾਟ ਦੇ ਨਾਲ ਠੀਕ ਹੈ ਤਾਂ ਉਹ ਕਹਿੰਦੇ ਸੇਮ ਕੰਡੀਸ਼ਨ ਕਿੱਥੇ ਫੁੱਲਫਿਲ ਹੁੰਦੀ ਕਹਿਣ ਦਾ ਮਤਲਬ ਇਹ ਹੈ ਕਿ ਟ੍ਰਾਇੰਗਲ ਤੇ ਟ੍ਰਾਇੰਗਲ ਤੇ ਸਰਕਲ ਆ ਜਿਹੜਾ ਉਹ ਕਿੱਥੇ ਇੱਕ ਦੂਜੇ ਨੂੰ ਕੱਟ ਕਰਦੇ ਬਸ ਉੱਥੇ ਆਪਣੇ ਕੋਲੇ ਸਕੁਅਰ ਕੱਟ ਨਾ ਕਰੇ ਉਹਨਾਂ ਨੂੰ ਤਾਂ ਫਰਸਟ ਆਪਸ਼ਨ ਦੇ ਵਿੱਚ ਤਾਂ ਆਪਣੇ ਕੋਲ ट्रायंगल ਤੇ ਸਕੁਅਰ ਕੱਟ ਹੀ ਨਹੀਂ ਕਰ ਰਹੇ ਇਸ ਆਪਸ਼ਨ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤਾਂ ट्रायंगल ਤੇ ਸਰਕਲ ਆ ਜਿਹੜਾ ਉਹ ਇੱਕ ਦੂਜੇ ਨੂੰ ਟੱਚ ਦਾ ਕਰਦੇ ਬਟ ਇਹ ਸਕੁਅਰ ਦੇ ਵਿੱਚ ਆ ਗਿਆ ਸਕੁਅਰ ਬਾਹਰ ਨਹੀਂ ਆ ਸਕਦਾ ਇਹ ਵੀ ਘਟਿਆ ਗਿਆ ਇੱਥੇ ਆਪਾਂ ਜੇਕਰ ਗੱਲ ਕਰੀਏ ਤਾਂ ट्रायंगल ਐਂਡ ਸਰਕਲ ट्रायंगल ਐਂਡ ਸਰਕਲ ਦੀ ਗੱਲ ਕੀਤੀ ਤਾਂ ਫਿਰ ਇੱਥੇ ਆ ਜੂਗਾ ਇੱਥੇ ਆਪਾਂ ਡਾਟ ਲਾ ਦਾਂਗੇ ट्रायंगल ਐਂਡ ਸਰਕਲ ਚ ਆ ਜੂਗੇ ਇਹਦੇ ਬਾਹਰ ਆ ਜੂਗੇ ਤਾਂ ਮਤਲਬ ਸੀ ਆਪਣੇ ਕੋਲੇ ਸਹੀ ਆਨਸਰ ਹੈ ਇਸਦਾ ਠੀਕ ਹੈ ਸੀ ਇਸਦਾ ਕੀ ਹੋਗਾ ਸਹੀ ਆਨਸਰ ਹੋਗਾ ਚਲੋ ਅੱਗੇ ਆਪਣੇ ਕੋਲੇ ਨੰਬਰ ਖਤਮ ਹੋ ਗਏ ਅੱਗੇ ਉਹਨਾਂ ਨੇ ਮੈਥਮੈਟਿਕਸ ਦੇ ਪੁੱਛੇ ਹੋਏ ਆ ਸਿਲੈਕਟ ਅ ਲੀਸਟ ਨੰਬਰ ਵਿਚ ਇਜ਼ ਅ ਡਿਵੀਜ਼ੀਬਲ ਬਾਈ ਨੰਬਰ ਫ੍ਰੋਮ 1 ਟੂ 10 ਤਾਂ 1 ਤੋਂ ਲੈ ਕੇ 10 ਤੱਕ ਜਿਹੜੇ ਨੰਬਰ ਆ ਉਹਦੇ ਨਾਲ ਡਿਵਾਈਡ ਹੋ ਜੇ ਲੀਸਟ ਨੰਬਰ ਉਹ ਆਪਣੇ ਕੋਲੇ ਕਿਹੜਾ ਹੋਊਗਾ ਤਾਂ ਉਹਦਾ ਮਤਲਬ ਕੀ ਆ ਆਪਾਂ 1 ਤੋਂ ਲੈ ਕੇ 10 ਤੱਕ ਦਾ ਐਲਸੀਐਮ ਹੀ ਲੈਣਾ ਹੁੰਦਾ ਇੱਥੇ ਤਾਂ 1 ਤੋਂ ਲੈ ਕੇ 10 ਤੱਕ ਦਾ ਜੇਕਰ ਆਪਾਂ ਐਲਸੀਐਮ ਲਵਾਂਗੇ ਤਾਂ ਉਹਦਾ ਸਿੰਪਲ ਆਪਾਂ ਸੋਲਵ ਕਿਵੇਂ ਕਰਾਂਗੇ ਦੇਖੋ ਇੱਥੇ ਆਪਾਂ ਦੇਖਾਂਗੇ ਤਾਂ 1 ਦੀ ਜਗ੍ਹਾ 1 ਆ ਜਾਊਗਾ टू की जगह अपने टू थ्री जगह अपने थ्री फोर की जगह अपने टू मल्टीप्लाई टू फाइव की जगह अपने फाइव ही आजूगा सिक्स की जगह अपने को टू मल्टीप्लाई थ्री आजुगा सैवन की जगह अपने सैवन आजगा एट की जगह अपने टू मल्टीप्लाई टू मल्टीप्लाई टू आजगा एंड नाइन की जगह अपने थ्री मल्टीप्लाई थ्री आजाग एंड टेन की जगह अपने टू मल्टीप्लाई फाइव आजगा तो यह अपने को टोटल नंबर आ गए ਹੁਣ ਇਹਦਾ ਆਪਾਂ ਐਲਸੀਐਮ ਫਾਈਂਡ ਆਊਟ ਕਰ ਲਾਂਗੇ ਐਲਸੀਐਮ ਫਾਈਂਡ ਆਊਟ ਕਰਕੇ ਆਪਾਂ ਨੂੰ ਮਲਟੀਪਲਾਈ ਕਰ ਦਾਂਗੇ ਜਿਹੜਾ ਵੀ ਆਪਣੇ ਕੋਲ ਆਨਸਰ ਆਊਗਾ ਉਹ ਆਪਾਂ ਇੱਥੇ ਸਿਲੈਕਟ ਕਰ ਲਾਂਗੇ ਠੀਕ ਆ ਚਲੋ ਦੇਖਦੇ ਹਾਂ ਜੇਕਰ ਆਪਾਂ ਇੱਥੇ 2 ਦੀ ਮੈਕਸਿਮਮ ਪਾਵਰ ਦੇਖੀਏ ਤਾਂ 2 ਦੀ ਇੱਥੇ ਪਾਵਰ 2 ਆਉਂਦੀ ਹੈ ਇੱਥੇ ਪਾਵਰ ਆਪਣੇ ਕੋਲੇ 3 ਆਉਂਦੀ ਹੈ ਤਾਂ ਮਤਲਬ 2 ਦੀ ਪਾਵਰ ਆਪਣੇ ਕੋਲੇ ਕਿੰਨੀ ਆਜੂਗੀ 3 ਆਜੂਗੀ ਠੀਕ ਆ 3 ਦੀ ਜੇਕਰ ਆਪਾਂ ਮੈਕਸਿਮਮ ਪਾਵਰ ਦੇਖੀਏ ਤਾਂ 2 ਇੱਥੋਂ ਦੇਖ ਲਈਏ ਤਾਂ 3 ਪਾਵਰ ਆਪਣੇ ਕੋਲ ਕਿੰਨੀ ਆਗੇ 2 ਆਗੇ ਉਸ ਤੋਂ ਬਾਅਦ ਆਪਣੇ ਕੋਲ ਆ ਗਿਆ 5 5 ਦੀ ਪਾਵਰ ਆਪਣੇ ਕੋਲ ਕਿੰਨੀ ਇੱਥੋਂ ਦੇਖਾਂਗੇ ਤਾਂ 1 ਹੀ ਆਉਗੀ ਕਿਉਂਕਿ 5 1 ਤੋਂ ਯਾਦ ਹੀ ਕਿਤੇ ਹੈ ਹੀ ਨਹੀਂ ਉਸ ਤੋਂ ਬਾਅਦ ਨੈਕਸਟ ਜੇਕਰ ਆਪਾਂ ਦੇਖੀਏ 6 ਤਾਂ ਆਪਣੇ ਕੋਲ ਹੈ ਹੀ ਨਹੀਂ 7 7 ਦੀ ਪਾਵਰ ਜੇਕਰ ਦੇਖੀਏ ਤਾਂ 7 ਵੀ ਆਪਣੇ ਕੋਲ ਸਿਰਫ ਇੱਕ ਜਗ੍ਹਾ ਦੇ ਉੱਪਰ ਪਿਆ ਹੈ ਤਾਂ ਆਨਸਰ ਆਪਾਂ ਨੂੰ 7 ਜੇਕਰ ਆਪਾਂ ਮਲਟੀਪਲਾਈ ਕਰਕੇ ਬਣ ਜੂਗਾ 8 ਇਹ ਬਣ ਜੂਗਾ ਆਪਣੇ ਕੋਲੇ 9 ਇਹ ਬਣ ਜੂਗਾ ਆਪਣੇ ਕੋਲੇ 5 ਇਹ ਬਣ ਜੂਗਾ ਆਪਣੇ ਕੋਲੇ 7 ਇਹਨਾਂ ਨੂੰ ਮਲਟੀਪਲਾਈ ਕਰਦੇ ਨੇ ਬਣ ਗਿਆ ਆਪਣੇ ਕੋਲੇ 40 ਇਹਨਾਂ ਦੋਨਾਂ ਨੂੰ ਮਲਟੀਪਲਾਈ ਕਰਾਂਗੇ ਤਾਂ ਆਪਣੇ ਕੋਲ ਬਣ ਗਿਆ 63 ਹਣਾ ਮਲਟੀਪਲਾਈ ਕਰ ਦੋ ਇਹਨੂੰ ਇਹ ਕਿ ਤਾਂ 2520 2520 ਆਪਣੇ ਕੋਲ ਕੀ ਹੈ ए ਆਪਸ਼ਨ ਦੇ ਅੰਦਰ ਅਵੇਲੇਬਲ ਹੈ ਤਾਂ ਮਤਲਬ ਸੀ ਏ ਹੈ ਜਿਹੜਾ ਆਪਣੇ ਕੋਲ ਇਸ ਦਾ கரੈਕਟ ਆਨਸਰ ਹੋਊਗਾ ਠੀਕ ਹੈ ਐਚसीएफ ਆਫ ਟੂ ਨੰਬਰ ए ਐਂਡ ਬੀ ਇਜ਼ 5 ਐਂਡ ਐਲਸੀਐਮ ਐਲਸੀਐਮ ਇਜ਼ 200 ਵਾਟ ਇਜ਼ ਦੀ ਪ੍ਰੋਡਕਟ ਤੇ ਇਥੇ ਆਪ ਨੂੰ ਪਤਾ ਕਿ ਜੇਕਰ ਆਪਾਂ ਐਲਸੀਐਮ ਤੇ ਐਚसीएफ ਦਾ ਪ੍ਰੋਡਕਟ ਲੈ ਲਾਂਗੇ ਤਾਂ ਉਹੀ ਨੰਬਰ ਦਾ ਪ੍ਰੋਡਕਟ ਹੁੰਦਾ ਤਾਂ 5 ਨੂੰ 200 ਨਾਲ ਮਲਟੀਪਲਾਈ ਕਰਾਂਗੇ ਤਾਂ ਆਪਣੇ ਕੋਲ ਆਨਸਰ ਕੀ ਆ ਚੁਕਾ 1000 ਤਾਂ 1000 ਇਸ ਦਾ ਕੀ ਹੋਊਗਾ கரੈਕਟ ਆਨਸਰ ਹੋਊਗਾ ਕਿਉਂਕਿ ਆਪਾਂ ਨੂੰ ਪਤਾ ਕਿ ਜੇਕਰ ਆਪਾਂ ਐਚसीएफ ਨੂੰ एलसीएम ਦੇ ਨਾਲ ਮਲਟੀਪਲਾਈ ਕਰਦੇ ਆ ਤਾਂ ਉਹ ਨੰਬਰ ਦਾ ਪ੍ਰੋਡਕਟ ਹੀ ਹੁੰਦਾ ਇਹਦਾ ਮਤਲਬ ਕਿ ਉਹ ਨੰਬਰ ਆਪਣੇ ਕੋਲ a ਤੇ b ਨੂੰ ਮਲਟੀਪਲਾਈ ਕਰਨ ਤੇ ਹੋਈ ਅਨਸਰ ਆਊਗਾ ਜਿਹੜਾ ਤੁਸੀਂ ਐਚसीएफ ਤੇ ਐਲਸੀਮ ਨੂੰ ਕਰੋਗੇ ਠੀਕ ਦੀ ਰੂਟਸ ਆਫ ਦੀ ਇਕੁਏਸ਼ਨ ax2 bx c, c 0 ਆਜ਼ ਇਕੁਅਲ ਟੂ ਇਹਦੇ ਰੂਟਸ ਕਿ ਦੀ ਖਲੋਣਦੇ ਆਪਣੇ ਕੋਲੇ ਰੂਟਸ ਪੁੱਛਿਆ ਉਹਨੇ ਠੀਕ ਆ ਅ देन सॉरी दी ਰੂਟਸ ਆਰ ਇਕੁਅਲ ਇਕੁਅਲ ਜੇ ਰੂਟਸ ਆਇਟ ਮੀਨਸ ਕਿ ਜਿਹੜੀ ਆਪਣੇ ਕੋਲੇ ਡਿਸਕ੍ਰਿਮੀਨੈਂਟ ਉਹਦਾ ਕੀ ਆ ਜਾਊਗਾ ਜ਼ੀਰੋ ਆ ਜਾਊਗਾ ਜੇ ਡਿਸਕ੍ਰਿਮੀਨੈਂਟ ਜ਼ੀਰੋ ਆ ਤਾਂ ਫਿਰ ਆਪਣੇ ਕੋਲ ਵੈਸੇ ਡਿਸਕ੍ਰਿਮੀਨੈਂਟ ਦਾ ਫਾਰਮੂਲਾ ਤੁਹਾਨੂੰ ਪਤਾ ਹੀ ਹੋਊ d ਮਤਲਬ b2 4ac 2a ਜੇਕਰ ਆਪਣੇ ਕੋਲ ਆ ਚੀਜ਼ ਜ਼ੀਰੋ ਆ ਗਈ ਤਾਂ ਮਤਲਬ ਫਿਰ ਬਚਿਆ ਆਪਣੇ ਕੋਲ ਕੀ ਆ -b 2a ਤਾਂ ਆਨਸਰ ਫਿਰ ਆਪਣੇ ਕੋਲ ਕੀ ਆ ਜਾਊਗਾ -b 2a ਇਹ ਆਪਣੇ ਕੋਲਸ ਦਾ ਸਹੀ ਆਨਸਰ ਹੋਊਗਾ what is the value of -12 3 7 3 ਐਂਡ 5 3 ਇਹਦੀ ਵੈਲਿਊ ਕੈਲਕੂਲੇਟ ਕਰਕੇ ਦੱਸੋ ਕਿੰਦੇ ਕੀ ਹੋਗੇ ਦੇਖੋ ਜੇਕਰ ਆਪ ਇਹਨੂੰ ਕੈਲਕੂਲੇਟ ਕਰੀਏ ਤਾਂ ਤੁਸੀਂ 9th ਕਲਾਸ ਦੇ ਵਿੱਚ ਇੱਕ ਫਾਰਮੂਲਾ ਪੜ੍ਹਿਆ ਹੋਊਗਾ ਠੀਕ ਆ ਉਹਦੇ ਅੰਦਰ ਆਪਣੇ ਕੋਲ ਕੀ ਆ ਜਿਹੜਾ ਕਯੂਬ ਦੀ ਵੈਲੀ ਹੁੰਦੀ ਹੈ ਮਤਲਬ ਸਾਰਿਆਂ ਦਾ ਕਯੂਬ ਆਪਾਂ ਲਵਾਂਗੇ ਐਂਡ ਕਯੂਬ ਤੇ ਜੇਕਰ ਇਹਨੂੰ ਥੋੜਾ ਧਿਆਨ ਨਾਲ ਦੇਖੀਏ ਤਾਂ ਕਯੂਬ ਇਹਨਾਂ ਨੂੰ ਜੇਕਰ ਆਪਾਂ ਐਡ ਕਰੀਏ ਜਿਵੇਂ 12 ਨੂੰ 7 ਚ ਐਡ ਕਰਾਂਗੇ ਇਹਦੇ ਵਿੱਚ 5 ਐਡ ਕਰਾਂਗੇ ਤਾਂ ਜ਼ੀਰੋ ਆ ਜਾਊਗਾ ਤਾਂ ਜੇਕਰ ਆਪਣੇ ਕੋਲ ਇਦਾਂ ਜ਼ੀਰੋ ਆਉਂਦਾ ਹੁੰਦਾ ਤਾਂ ਉਹਦਾ ਆਪਣੇ ਕੋਲ ਸਿੰਪਲ ਜਿਹਾ ਫਾਰਮੂਲਾ ਹੁੰਦਾ ਕਿ ਆਪਾਂ ਉਹਨੂੰ ਸੋਲਵ ਕਰਨ ਵਾਸਤੇ ਕੀ ਕਰਦੇ ਹੁੰਨੇ ਆ ਏ ਬੀ ਤੇ ਸੀ ਮਲਟੀਪਲਾਈ ਕਰ ਦਿੰਨੇ ਹੁੰਨੇ ਤਾਂ ਆਪਣੇ ਕੋਲ ਆਨਸਰ ਆ ਜਾਂਦਾ ਹੁੰਦਾ ਠੀਕ ਹੈ ਅਪਰ 9th ਕਲਾਸ ਦੇ ਵਿੱਚ ਇਹਨੂੰ ਪੜ੍ਹ ਕੇ ਆਏ ਆ ਤਾਂ ਜੇਕਰ ਆਪਾਂ ਇਹਨੂੰ ਮਲਟੀਪਲਾਈ ਕਰ ਮਲਟੀਪਲਾਈ ਕਰਨ ਤੇ ਆਪ ਨੂੰ ਪਤਾ ਕਿ 24 ਕਦੇ ਨਹੀਂ ਆ ਸਕਦਾ ਮਲਟੀਪਲਾਈ ਕਰਨ ਤੇ ਆਪ ਨੂੰ ਪਤਾ 12 ਕਦੇ ਨਹੀਂ ਆ ਸਕਦਾ 19 ਕਦੇ ਨਹੀਂ ਆ ਸਕਦਾ ਤਾਂ ਮਲਟੀਪਲਾਈ ਕਰਨ ਤੇ ਵੱਡੀ ਵੈਲਿਊ ਹੋਊਗੀ ਕਿਉਂਕਿ 12 ਨੂੰ 7 ਨਾਲ ਮਲਟੀਪਲਾਈ ਕਰੋਗੇ 7 ਨੂੰ ਆਪਣੇ ਕੋਲੇ 5 ਨਾਲ ਮਲਟੀਪਲਾਈ ਕਰੋਗੇ ਤਾਂ ਨੰਬਰ ਕੋਈ ਛੋਟਾ ਨਹੀਂ ਆਊਗਾ ਤਾਂ ਵੱਡਾ ਨੰਬਰ ਸਿਰਫ ਸੀ অপਸ਼ਨ 'ਚ अवेलेबल ਹੈ ਜੇਕਰ ਤੁਸੀਂ ਮਲਟੀਪਲਾਈ ਨਾ ਵੀ ਕਰੋਗੇ ਤਾਂ ਤੁਹਾਨੂੰ ਵੈਸੇ ਹੀ ਪਤਾ ਲੱਗ ਗਿਆ ਨਾ ਤੁਸੀਂ 9th ਕਲਾਸ ਦਾ ਆਈ ਥਿੰਕ ਚੈਪਟਰ ਨੰਬਰ 2 ਦੇ ਵਿੱਚ ਐਕਸਰਸਾਈਜ਼ 2.5 ਅਚ ਹੈ ਤਾਂ ਉਹਦੇ ਅੰਦਰ ਆਪਣੇ ਕੋਲੇ ਲਾਸਟ ਫਾਰਮੂਲਾ ਵਾ ਉਦੇ ਅੰਦਰ ਆਪਣੇ ਕੋਲੇ ਲਾਸਟ ਸਮ ਵੀ ਹੈ ਸ਼ਾਇਦ ਉਹਨੂੰ ਜੇਕਰ ਆਪਾਂ ਦੇਖਾਂਗੇ ਤਾਂ ਉਹਦੇ ਅੰਦਰ ਵੀ ਆਪਣੇ ਕੋਲੇ ਇਹ ਬਹੁਤ ਹੀ ਆਦੇ ਸਿੰਪਲ ਆਪਾਂ ਸੋਲਵ ਇਹਨੂੰ ਕਰ ਸਕਦੇ ਆਂ ਐਂਡ ਇਹਦਾ ਜਿਹੜਾ ਆਨਸਰ ਆਊਗਾ ਆਪਾਂ ਫਾਈਂਡ ਆਊਟ ਕਰ ਸਕਦੇ ਤਾਂ ਆਪਾਂ ਨੂੰ ਜ਼ਰੂਰੀ ਨਹੀਂਗਾ ਕਿ ਆਪਾਂ ਉਸਨੂੰ ਸੋਲਵ ਕਰੀਏ ਠੀਕ ਹੈ ਤਾਂ ਆਪਣੇ ਕੋਲੇ ਕੀ ਆਜੂਗਾ ABC ABC ਕੋਲ 3 ABC ਠੀਕ ਹੈ 3 ABC ਹੁੰਦਾ ਤਾਂ 3 ABC ਮਲਟੀਪਲਾਈ ਕਰਾਂਗੇ 3 ABC ਮਤਲਬ 3 12 7 5 ਤਾਂ ਆਨਸਰ ਆਪਣੇ ਕੋਲੇ ਆਜੂਗਾ ਠੀਕ ਹੈ ਚਲੋ ਨੈਕਸਟ ਦੇਖਦੇ ਆਂ ਦੀ ਪ੍ਰੋਡਕਟ ਆਫ ਜ਼ੀਰੋਜ਼ ਆਫ ਦੀ ਪੋਲੀਨੋਮੀਅਲ ਪੋਲੀਨੋਮੀਅਲ ਦੇ ਜ਼ੀਰੋ ਦਾ ਪ੍ਰੋਡਕਟ ਕੀ ਹੁੰਦਾ ਤਾਂ ਅਲ ਪ੍ਰੋਡਕਟ ਆਫ ਜ਼ੀਰੋ ਮਤਲਬ α β ਠੀਕ ਹੈ ਇੱਕ ਹੁੰਦਾ ਆਪਣੇ ਕੋਲ ਸਮ ਆਫ ਜ਼ੀਰੋ ਸਮ ਆਫ ਜ਼ੀਰੋ ਆਪਣੇ ਕੋਲ ਕੀ ਹੁੰਦਾ -b a ਪ੍ਰੋਡਕਟ ਆਫ ਜ਼ੀਰੋ ਆਪਣੇ ਕੋਲ ਕਿੰਨੇ ਕੀ ਹੁੰਦਾ c a ਤਾਂ c ਦੀ ਵੈਲਿਊ ਇੱਥੇ ਆਪਣੇ ਕੋਲ ਕਿੰਨੀ ਆ 7 ਠੀਕ ਹੈ ਤੇ a ਦੀ ਵੈਲਿਊ ਆਪਣੇ ਕੋਲ ਕਿੰਨੀ ਆ 4 ਤਾਂ 7 4 ਇੱਥੇ ਥੋੜਾ ਧਿਆਨ ਦੇ ਨਾਲ ਦੇਖੋ a ਆਪਣੇ ਕੋਲ b ਦੀ ਵੈਲਿਊ ਆ ਠੀਕ ਹੈ ਕਿਉਂਕਿ ਇੱਥੇ x ਲਿਖਿਆ ਹੋਇਆ ਹੈ ਇਹਦੇ ਨਾਲ ਠੀਕ ਹੈ ਤੇ x ਲਿਖਿਆ ਹੋਇਆ ਤਾਂ ਉਹਨਾਂ ਨੇ ਥੋ ਇਹ ਆਪਾਂ ਇਸ ਨੂੰ ਕਿਵੇਂ ਸੋਲਵ ਕਰਾਂਗੇ ਠੀਕ ਆ ਤਾਂ ਵੀਡੀਓ ਆਈ ਥਿੰਕ ਇਥੋਂ ਮੈਂ ਹੁਣ ਪਾਜ਼ ਕਰਕੇ ਮੈਂ ਜਿਹੜਾ ਨੈਕਸਟ ਆਪਣੇ ਕੋਲੇ ਨੈਕਸਟ ਵੀਡੀਓ ਦੇ ਵਿੱਚ ਇਸ ਦਾ ਸੈਕੰਡ ਆਪਸ਼ਨ ਲੈ ਕੇ ਆਵਾਂਗਾ ਕਿਉਂਕਿ ਅੱਗੇ ਵੀ ਇਸ ਨੇ ਮਿਸ ਬਿਹੇਵ ਕੀਤਾ ਸੀ ਐਂਡ ਹੁਣ ਵੀ ਕੀਤਾ ਐਂਡ ਜਿਹਦੇ ਕਰਕੇ ਆਪਣੇ ਕੋਲੇ ਇੱਥੇ ਸਾਰਾ ਬਲੈਕ ਹੋ ਗਿਆ ਸਕਰੀਨ ਤਾਂ ਮੈਂ ਨੈਕਸਟ ਵੀਡੀਓ ਜਲਦੀ ਲੈ ਕੇ ਆਵਾਂਗਾ ਤਦ ਤੱਕ ਤੁਸੀਂ ਇੰਨੀਆਂ ਵੀਡੀਓਜ਼ ਨੂੰ ਦੇਖੋ ਐਂਡ ਜਿੰਨਾ ਮੈਂ ਹੁਣ ਸੋਲਵ ਕਰਵਾਤਾ ਬਾਕੀ ਮੈਂ ਜਲਦੀ ਹੀ ਅਪਲੋਡ ਕਰਦਾ ਹੁਣ ਮੈਂ ਇਸ ਨੂੰ ਬਣਾ ਕੇ ਨੈਕਸਟ ਠੀਕ ਆ ਇਹ ਸੋਚੋ ਕਿਸੇ ਵੀ ਤਰ੍ਹਾਂ ਦਾ ਕੋਈ ਤੁਹਾਨੂੰ ਡਾਊਟ ਰਹਿੰਦਾ ਤਾਂ ਜਰੂਰ ਤੁਸੀਂ ਦੱਸਿਓ ਐਂਡ ਕਮੈਂਟ ਬਾਕਸ ਵਿੱਚ ਟਾਈਪ ਕਰਿਓ ਆਪਣੇ ਜਿੰਨੇ ਵੀ ਤੁਹਾਡੇ ਮਾਰਕਸ ਬੰਦੇ ਨੈਕਸਟ ਵੀਡੀਓ ਦੇ ਅੰਦਰ ਤੁਸੀਂ ਬਾਕੀ ਸਾਰੇ ਕਾਊਂਟ ਕਰ ਲਿਓ ਠੀਕ